ਧੂਜਾ ਆ ਗਈ ਸਰ, ਸਾਡੀ ਸਿਮਰਨ ਆ ਗਈ। ਮੂੰਹ ਚ ਕੀ ਆ ਤੇਰੇ, ਕੀ ਖਾਨੀ ਆ? ਕੇਲਾ ਖਾਨੀ ਆ ਤੂੰ? ਕੇਲਾ ਖਾਨੀ ਆ? ਆ ਜਾ 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 ਫੜ ਲਿਆ 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 ਖੜ ਜਾ ਖੜ ਜਾ ਖੜ ਜਾ ਮਿਰਚ ਜੀ ਨੂੰ ਸਗੋਂ ਨੀ ਫੜ ਲਈਏ ਇਹਨੂੰ ਫੜ ਲਈਏ ਇਹਨੂੰ ਫੜ ਲਈਏ ਫਲੋ 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 ਖਾਜੋ ਫਲੋ 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 ਚੱਪਲ ਲੈ ਦੀ ਇਹਦੀ ਚੱਪਲ ਲੈ ਗਈ ਫਲੋ 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 ਸਗੋਂ ਨੀ ਕਿੱਥੇ ਗਈ ਉਹ ਕਿੱਧਰ ਗਈ ਹੋ ਗਈ ਹੋ ਗਈ ਫਲੋ 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 ਇਧਰ ਨੂੰ ਲਿਆਈ ਫੜ ਕੇ ਸਿਮਰਨ ਨੂੰ ਚੱਪਲ ਪਾ ਕੇ ਪਾਰੋ ਇੱਥੇ ਆ ਪੁੱਤ ਤੂੰ ਪਾਰੋ ਸਾਡੀ ਕੀ ਬਣੀ ਫਿਰਦੀ ਸਮਾਈਲੀਆਂ ਲਾ ਕੇ ਪਾਰੋ ਇੱਧਰ ਦੇਖ ਸਾਹਿਬ ਜੋਤ ਆ ਗਈ ਮੇਰੀ ਸਿਮਰਨ ਆ ਗਈ ਮੇਰੀ ਸਿਮਰਨ ਫੜ ਲਈ ਫੜ ਲਈ ਫੜ ਲਈ ਭੱਜ ਗਈ ਭੱਜ ਗਈ ਭੱਜ ਗਈ ਆ ਜਾ ਭੱਜ ਗਿਆ ਜਾ ਭੱਜ ਗਿਆ ਜਾ ਆ ਜਾ ਭੱਜ ਗਿਆ ਜਾ ਸ਼ਹਿਬਾਜ ਉਰੇ ਆ ਜਾ ਭੱਜ ਗਈ ਕਿਵੇਂ ਆ ਓਏ ਸਿਮਰਨ ਆ ਗਈ ਸਿਮਰਨ ਆ ਗਈ ਸਿਮਰਨ ਆ ਗਈ ਕਰਾਉਂਦਾ ਨੀ ਗੱਲ ਕੋਈ ਨਾ ਮੈਂ ਕਰਾ ਦਾਂਗੇ ਆ ਪਾਰੋ ਸਾਡੀ ਨੇ ਅੱਜ ਮੂੰਹ ਕਿਵੇਂ ਬਣਾਇਆ ਸੱਤਾਂ ਕਿਵੇਂ ਖਾਈ ਫਿਰਦੀ ਆ ਆ ਕੀ ਆ ਕਿੱਥੇ ਆ ਰੇ ਸਿਮਰਨ ਆ ਰੇ ਸਿਮਰਨ ਆ ਰੇ ਸਿਮਰਨ ਕਿੱਥੇ ਆ ਸਿਮਰਨ ਆ ਰੇ ਸਿਮਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਨਿਆਂ ਦਾ ਘਰ ਸੁਪਨਿਆਂ ਵਰਗਾ ਜੀਵਨ ਸਵਰਗ ਵਰਗੇ ਮਾਹੌਲ ਦੇ ਵਿੱਚ ਸਾਡੇ ਬੱਚਿਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਹੱਸਦਿਆਂ ਖੇਡਦਿਆਂ ਦੇਖ ਰਹੇ ਹੋ ਸਾਡਾ ਪਿਆਰਾ ਆ ਗਿਆ ਭੱਜ ਕੇ ਜੱਫੀ ਪਾ ਕੇ ਮੈਨੂੰ ਪਾਰ ਕਰਨ ਲੱਗ ਗਿਆ ਮੇਰਾ ਪਿਆਰਾ ਨਹੀਂ ਕਰਨਾ ਪਾਰੇ ਨੂੰ ਨਹੀਂ ਕਰਨਾ ਚੱਲ ਪਿਆਰਾ ਰੁਕ ਜਾ ਵੀ ਸੁਖਮਣੀ ਕਹਿੰਦੀ ਹਜੇ ਨੀ ਕਰਨਾ ਹਜੇ ਨੀ ਕਰਨਾ ਕਹਿੰਦਾ ਹਾਂ ਮੈਂ ਨਾ ਗੀਤਾ ਕਰਦਿਆਂ ਗੱਲ ਵੀਡੀਓ ਬਣਾ ਰਿਹਾ ਮੈਂ ਫਿਰ ਕਰਦਿਆਂ ਬਾਅਦ ਠੀਕ ਹੈ ਠੀਕ ਹੈ ਇਹ ਸੁਖਮਣੀ ਦੀ ਮੰਮੀ ਹੈ ਰੀਤਾ ਸਾਡੀ ਭੈਣ ਕੰਮ ਬਹੁਤ ਕਰਦੀ ਹੈ ਸਾਡੀ ਰੀਤਾ ਹੁਣ ਹਨਾ ਸੁਖਮਣੀ ਤੇਰੀ ਮੰਮੀ ਕੰਮ ਕਰਦੀ ਹੈ ਨਾ ਹੁਣ ਬਹੁਤ ਹਨਾ ਸੁਖਮਣੀ ਤੇਰੀ ਮੰਮੀ ਤੰਮ ਕਰਦੀ ਹੈ ਨਾ ਹੁਣ ਤੇਰੀ ਮੰਮੀ ਕਿੰਨਾ ਕੰਮ ਕਰਦੀ ਹੈ ਹੁਣ ਹਨਾ ਆਰਤੀ ਖੜੀ ਹੈ ਆ ਤੂੰ ਹਾਂ ਹਾਂ ਕਿਵੇਂ ਸਹਿਬਾਜ ਹਾਂ ਪਰ ਆ ਕੀ ਖਾਈ ਜਾਂਦੀ ਹਾਂ ਚੱਲਦੇ ਆਵਾਂ ਕੀ ਕਹਿੰਦੀ ਸੁਖਮਣੀ ਆ ਲੈ ਆ ਦਾਦੀ ਆ ਗਈ ਤੁਹਾਡੀ ਜਗਿੰਦਰੋ ਜਗਿੰਦਰੋ ਨਹੀਂ ਲਾਰਾ ਨੀ ਲਾਉਣਾ ਲਖੀਆ ਏ ਲਖੀਆ ਠੀਕ ਆ ਮਾਂ ਆ ਜਾ ਆ ਜਾ ਚੱਲਦੇ ਆਪਾਂ ਗੱਲ ਕਰਦੇ ਤੁਰੇ ਆ ਜਾ ਹਾਂ ਬਈ ਸੁਖਮਣੀ ਸਾਡੀ ਤੁਰਨ ਲੱਗ ਗਈ ਸਿਮਰਨ ਦੇ ਨਾਲ ਸਾਡੀ ਤੁਰਨ ਲੱਗ ਗਈ ਸੁਖਮਣੀ ਗੁਰਕੀਰਤ ਨੂੰ ਵੀ ਲਿਆਓ ਤੋਰੀਏ ਨੂੰ ਕਿੱਥੇ ਆ ਉਹ ਰਵਿਦਾਸ ਨਗਰ ਵੱਲ ਨੂੰ ਚੱਲਾਂਗੇ ਆਪਾਂ ਰਵਿਦਾਸ ਨਗਰ ਵੱਲ ਨੂੰ ਚੱਲਾਂਗੇ ਪਹਿਲਾਂ ਮੁੰਡੀ ਨੀ ਜਾਣਾ ਚੱਲ ਦੇਖ ਲਾਂਗੇ ਹਾਂ ਲੱਗੀਆ ਕਿਵੇਂ ਆ ਠੀਕ ਆ ਠੀਕ ਆ ਠੀਕ ਆ ਠੀਕ ਲੱਗੀਆ ਕਿਵੇਂ ਆ ਠੀਕ ਆ ਮੈਂ ਇੱਕ ਮਿੰਟ ਹੁਣ ਕਰ ਲੈਣੀ ਲੱਗੀਆ ਨਾ ਗੱਲ ਹਾਂ ਲੱਗੀਆ ਠੀਕ ਆ ਤੂੰ ਹੁਣ ਲੱਗੀਆ ਸਾਡੀ ਪੜ੍ਹਨ ਲੱਗ ਗਈ ਸਕੂਲੇ ਜਾਂਦੀ ਆ ਲੈ ਲੱਗੀਆ ਸਕੂਲੇ ਲੱਗ ਗਈ ਪੜ੍ਹਨ ਲਿਖਣਾ ਪੜ੍ਹਨ ਜਾਣਦੀ ਲੱਗੀਆ ਸਕੂਲ ਸਕੂਲ ਜਾਂਦੀ ਆ ਰੋਜ਼ ਮੈਡਮ ਪੜ੍ਹਨ ਨੂੰ ਕਹਿੰਦੀ ਹੁੰਦੀ ਆ ਮੈਂ ਆਪ ਕਿੱਧਰ ਨੂੰ ਦੇਖੀ ਜਾਂਦਾ ਮੈਂ ਚਲੇ ਵੀ ਗਿਆ ਸਕੂਲੇ ਸਕੂਲੇ ਜਾਂਦੀ ਹੁੰਦੀ ਆ ਤੂੰ ਪੜ੍ਹਦੀ ਆ ਤੂੰ ਕੀ ਲਿਖਦੀ ਹੁੰਦੀ ਆ ਫੁੱਲ ਫੁੱਲ ਬਣਾਤੀ ਹੈ ਸੁੰਦਰ ਸੁੰਦਰ ਫੁੱਲ ਲੱਗੀ ਆ ਫੁੱਲ ਬਣਾ ਲੈਤੀ ਆ ਮਾਈ ਫੁੱਲ ਬਣਾਤੀ ਮਾਂ ਠੀਕ ਆ ਮਾਂ ਅੱਛਾ ਇਹਨੇ ਲੈ ਠੀਕ ਆ ਮਾਂ ਲੈ ਸੁਖਮਣੀ ਤਾਂ ਮੈਨੂੰ ਲੈ ਕੇ ਜਾਂਦੀ ਆ ਹੁਣ
ਸੁਖਮਣੀ ਕਿੱਥੇ ਚੱਲੀ ਆ ਸੁਖਮਣੀ ਕਿੱਥੇ ਚੱਲੀ ਆ ਹਾਂ ਠੀਕ ਆ ਚੱਲਾਂਗੇ ਹੁਣ ਜਿਵੇਂ ਬੀਬੀਆਂ ਬੈਠੀਆਂ ਜੀ ਪ੍ਰਸ਼ਾਦਾ ਛਕਣਾ ਹਨਾ ਤੇ ਥਾਲੀਆਂ ਥੂਲੀਆਂ ਲੱਗੀ ਜਾਂਦੀਆਂ ਪ੍ਰਸ਼ਾਦਾ ਛਕਣ ਵਾਸਤੇ ਤੇ ਹੁਣ ਤਾਂ ਪ੍ਰਸ਼ਾਦੇ ਦਾ ਟਾਈਮ ਸ਼ੁਰੂ ਹੋ ਗਿਆ ਹੁਣ ਇਧਰ ਬਾਪੂ ਬਜ਼ੁਰਗ ਅੱਛਾ ਐ ਕਹਿੰਦੀ ਸੀ ਅੱਛਾ ਐ ਕਹਿੰਦੀ ਤੂੰ ਸੁਖਮਣੀ ਤੂੰ ਨਵੀਂ ਬਿਲਡਿੰਗ ਕਹਿੰਦੀ ਸੀਗੀ ਆ ਤੂੰ ਆ ਕੌਣ ਆ ਕੌਣ ਆ ਕੌਣ ਆ ਕੌਣ ਪਰ ਉਹਦੇ ਸਿਰ ਤੇ ਆ ਕੀ ਆ ਆ ਜਾ ਗੁਰਕੀਰਤ ਤੂੰ ਵੀ ਆ ਜਾ ਤੁਰੀਏ ਆਪਾਂ ਗੁਰਕੀਰਤ ਤੁਰੋ ਥੱਲੇ ਉਹ ਚੱਲੋ ਚੱਲੋ ਲੈ ਸਾਡੀ ਗੁਰਕੀਰਤ ਵੀ ਤੁਰੂਗੀ ਹੁਣ ਵੱਡੀ ਹੋ ਗਈ ਕੋਈ ਨਾ ਤੁਰਨਾ ਨਾ ਆਜੋ ਆਜੋ ਉਹ ਲੈ ਸੁਖਮਣੀ ਕਿੱਧਰ ਨੂੰ ਜਾ ਰਹੀ ਆ ਛੱਡਦੇ ਸ਼ਬਾਜ ਦੇ ਦੇ ਉਹਨੂੰ ਦੇ ਦੇ ਉਹਨੂੰ ਦੇ ਦੇ ਪੁੱਤ ਦੇ ਦੇ ਥੋੜਾ ਨੀ ਦੀਦੀ ਤੋਂ ਚਲੋ 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 ਹੁਣ ਕੀ ਹੋਇਆ ਪੁੱਤ ਕਵਿਤਾ ਅੱਜ ਖੇਡ ਕੇ ਆਈ ਏ ਕਵਿਤਾ ਸਾਡੀ ਕੀ ਜਿੱਤ ਕੇ ਲਿਆਈ ਏ ਮੇਰੀ ਧੀ ਸੈਕਿੰਡ ਆਈ ਏ ਨਾ ਕਬੱਡੀ ਚੋ ਦੁਖਦਾ ਸਰੀਰ ਦੁਖਦਾ ਥੱਕ ਗਈ ਅੱਜ ਮੇਰੀ ਧੀ ਅੱਜ ਛੋਟੇ ਬੱਚਿਆਂ ਦੇ ਸਕੂਲ ਦੇ ਵਿੱਚ ਗੇਮਾਂ ਸੀਗੀਆਂ ਜੀ ਤੇ ਕਵਿਤਾ ਨੇ ਪਾਰਟੀਸਪੇਟ ਕੀਤਾ ਸੀ ਕਬੱਡੀ ਦੀ ਪਲੇਅਰ ਵੀ ਏ ਕੈਪਟਨ ਵੀ ਏ ਕਬੱਡੀ ਦੀ ਆਪਣੇ ਟੀਮ ਦੀ ਸਕੂਲ ਦੀ ਤੇ ਸੈਕਿੰਡ ਆਈ ਆ ਕਵਿਤਾ ਦੀ ਟੀਮ ਦੂਜੇ ਨੰਬਰ ਤੇ ਆਈ ਆ ਤੇ ਅੱਜ ਬੋਇਜ਼ ਵੀ ਸਾਡੇ ਖੇਡਦੇ ਸੀਗੇ ਜਿਹਦੇ ਵਿੱਚ ਗੋਲਡਨ ਹੁਣੀ ਫੁੱਟਬਾਲ ਚੋਂ ਪਹਿਲੇ ਨੰਬਰ ਤੇ ਆਇਆ ਕਬੱਡੀ ਚੋਂ ਦੂਜੇ ਨੰਬਰ ਤੇ ਜਿਹਦੇ ਵਿੱਚੋਂ ਸਤਨਾਮ ਆਇਆ ਵਾ ਫੁੱਟਬਾਲ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹਦੇ ਵਿੱਚੋਂ ਕੁਨਾਲ ਰੈਸਲਿੰਗ ਦੇ ਵਿੱਚ ਕੁਸ਼ਤੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਮਤਲਬ ਏਦਾਂ ਫਿਰ ਅਰਜੁਨ ਕਬੱਡੀ ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਵਾ ਤੇ ਅੱਜ ਬੱਚਿਆਂ ਨੇ ਮਾਰ ਕੇ ਮਾਰਿਆ ਸਾਡਿਆਂ ਨੇ ਸੰਦੀਪ ਭੈਣੇ ਸਤਿ ਸ੍ਰੀ ਅਕਾਲ ਹੈਲੋ ਨੇਹਾ ਆਪਣੇ ਹਿਨਾ ਸਤਿ ਸ੍ਰੀ ਅਕਾਲ ਹਿਨਾ ਠੀਕ ਹੈ ਭੈਣੇ ਚੂੜੀ ਲੈਣੀ ਲੈ ਲਾਂਗੇ ਚੂੜੀ ਇਹ ਕੀ ਕਰੀ ਜਾਂਦੀ ਸੀ ਸੁਖਮਣੀ ਜੀ ਦਰਸ਼ੀ ਕੁੜੇ ਦਰਸ਼ੀ ਦਰਸ਼ੀ ਨੂੰ ਉਠਾਏ ਪਾਲੋ ਭੈਣੇ ਕੁੜੇ ਦਰਸ਼ੀ ਸੁੱਤੀ ਰਹਿੰਦੀ ਆ ਤੂੰ ਤੁਰਿਆ ਕਰ ਉੱਠ ਕੇ ਗੇੜਾ ਦਿਆ ਕਰ ਹਾਂ ਪਾਲੋ ਲੱਭੋ ਕਿਵੇਂ ਠੀਕ ਆ ਲੱਭੋ ਮਾਤਾ ਤੇਰੀ ਬੇਟੀ ਆ ਸਰਬਜੀਤ ਦੋਨੋਂ ਹੁਣ ਠੀਕ ਆ ਬਾਲਦ ਪਿੰਡ ਤੋਂ ਸ਼ਮਸ਼ਾਨ ਘਾਟ ਚ ਰਹਿੰਦੇ 11-12 ਸਾਲਾਂ ਤੋਂ ਹਾਂ ਭਾਈ ਕਿਵੇਂ ਆ ਸ਼ਿਵਾਨੀ ਠੀਕ ਆ ਸਲਾਮ ਵਾਲੇਕੁਮ ਆ ਬੇਬੇ ਸਾਡੇ ਚੀਕਾਂ ਨੀ ਮਾਰਨੀਆਂ ਪੁੱਤ ਚੀਕਾਂ ਨੀ ਮਾਰਨੀ ਹਾਂ ਮਾਤਾ ਸਤਿ ਸ੍ਰੀ ਅਕਾਲ ਦੇਬੋ ਕਿਹੜਾ ਦੇਬੋ ਤਕੜੀ ਆ ਭਾਈ ਦੇਬੋ ਸਤਿ ਸ੍ਰੀ ਅਕਾਲ ਮਾਂ ਸਤਿ ਸ੍ਰੀ ਅਕਾਲ ਮਾਂ ਦੇਬੋ ਨੂੰ ਦਿਖਦਾ ਨੀ ਹਜੇ ਪਰ ਹੁਣ ਚੈੱਕਅਪ ਹੋ ਗਿਆ ਡਾਕਟਰਾਂ ਨੇ ਕੱਲ ਨੂੰ ਬੀਆਰ ਟੈਸਟ ਕਰਨ ਨੂੰ ਕਿਹਾ ਅੱਖਾਂ ਦਾ ਪਰਦਾ ਟੈਸਟ ਕਰਨਾ ਕੱਲ ਨੂੰ ਇੱਕ ਟੈਸਟ ਹੋਣਾ ਵਾ ਉਹ ਪਰਦੇ ਦੇ ਟੈਸਟ ਤੇ ਪਤਾ ਲੱਗ ਜੂਗਾ ਵੀ ਮਾਤਾ ਦੇ ਪਿੱਛੇ ਅੰਦਰ ਅੱਗੇ ਲਾਈਟ ਹੈਗੀ ਆ ਕਿ ਨਹੀਂ ਅਰਦਾਸ ਕਰਿਓ ਦੇਬੋ ਮਾਤਾ ਦੀ ਅੱਖਾਂ ਦੀ ਲਾਈਟ ਆ ਜਾਵੇ ਵਾਪਸ ਇਹਦੇ ਦੋਨੇ ਬੇਟੇ ਆ ਜਿਹੜੇ ਹਾਂ ਹਾਂ ਮਾਂ ਹਾਂ ਹਾਂ ਮੈਂ ਗੁਰਪ੍ਰੀਤ ਆ ਮਾਂ ਮੇਰੇ ਕੋਲ ਮਾਂ ਮੈਂ ਸਾਂਭ ਕੇ ਰੱਖਿਆ ਮੈਨੂੰ ਐ ਸੀ ਹਾਂ ਦੇ ਦੂੰਗਾ ਕੋਈ ਦੇ ਦੂੰਗਾ ਮਾਂ ਠੀਕ ਆ ਮਾਂ ਠੀਕ ਆ ਪੈਸੇ ਲੈ ਲਈ ਕੋਈ ਨਾ ਲੈ ਲਈ 100 ਕੁ ਚਾਹੀਦਾ 100-200 ਮੈਂ ਦੇ ਦਿੰਦਾ ਤੈਨੂੰ ਕੋਈ ਨਾ ਆ ਲੈ ਮਾਂ 100 ਰੁਪਏ ਠੀਕ ਆ ਨੋ ਮਿੱਟੀ ਨਾਲ ਨਹੀਂ ਖੇਡਣਾ ਆ ਸਾਡੀ ਗੁਰਕੀਰਤ ਦੇਖੋ ਤੁਰਨ ਲੱਗ ਗਈ ਹੁਣ
हथ छड के भी तुर पी हूं पासे हो जाओ पासे हो जाओ पासे हो जाओ आहो दो साल हो गई सुखमणी भजी फिर कली ए हजे हम कली नहीं भजन लगी पर आज तीन चार महीनिया पिछलिया जिनी इम्प्रूवमेंट हुई है इनू ते उन्नी पिछले पौने दो साल च नहीं हुई सी क्योंकि उथे ता इने एक साल ते अठ महीनिया बाद इने सूरज देखिया सी जिदन दी जम्मी सी बाहर ही नहीं निकली सी बेचारी ते अंदर ही उसे कमरे च बंद सी जिथे जन्म होया सी उसे मंजे ते सी जिथे जन्म होया सी ए साडी सिमरन ते गुरकीरत ते इक इन्हां दा भरा वा सौरव तीनों ते नाल इन्हां दी मम्मी बस ए पढ़ ए स्कूले जांदी सी कल्ली आके फिर बेचारी ओवें इन्हां नूं सांभदी सूंभदी सी मां ने कहा होया सीगा सिमरन तैनूं मम्मी की कहिंदी सी बाहर नहीं जान देना इन्हां नूं की कारण का तुम सी जान दिंदी मम्मी बाहर गुरकीरत नूं आप इतले पासे आओ इतले पासे पापा भी लेके जांदे कदे नहीं पापा एक बार पर जे मम्मी ने रोटी पका रही सी मैं स्कूल आई सी पापा ने कीर्त नु बाहर लगी गया उस वेले मम्मी ने मम्मी कहंदी सी मैं कभी नहीं बाहर मम्मी पापा ना लड़ती सी भी बाहर नहीं लेके जाना हट जा पुत चीका नहीं मारनी ते मतलब मम्मी जदों पापा लेके जान लगे सी मम्मी ने कहता सीगा भी जद तक तुर नहीं लगती ओनू बाहर नहीं लेके जाना है तू नहीं कदे कहा भी मम्मी मैं लेके जाना आपकी दीदी नू बाहर मम्मी गुस्सा ज्यादा कर दी हुंदी सी मेरी धी आशिमल साडी सियाणी धी है हुण तू केड़ी क्लास च हो गई है थर्ड क्लास च हो गई है सिमरन गुरकीरत साडी मिर्च जी गुरकीरत मेरी गल कीरत हां कीरत ऐ जे टेबल पर ते बड़ी जल्दी से हां कीरत हां कीरत कीरत के मैं सैड हो जावे मुरे भाई जी पहले ब्लाउज भी नहीं करना वो तो थल्लेओ चक्के मुंह च नहीं पाई दंदी चीज थल्लेओ नहीं चकनी छ मुंह च नहीं पाउनी आ नक साफ करियो अपनी सिमरन दा फुलन नक साफ करो इहदा सिमरन दा उतो रुमाल लिया के दियो कोई कौन भूआ तेरी की नाम आई इत भूआ अपने को उस भूआ ने अपने कदे फोन ते गल कीती कोई ना मैं गल कर नंबर उत्थे लिखा होगा जे भूआ आई सी भोग ते ना इहदी सतना भूआ आई सी भोग ते सिमरन दी उहदा एंट्री चो नंबर देख के ना रजिस्टर तो इहदे नाल गल करवाउणी केड़ी भूआ ने करनी गल दोनों दा जे नंबर होया फिर एक ने करा दोनों ने करा दांगे गल कोई दोनों ने करा दांगे अच्छा ਇਹ ਸਾਡੀਆਂ ਰੱਬ ਵਰਗੀਆਂ ਧੀਆਂ ਆ ਦੇਖ ਤਾਂ ਸੀ ਸਾਡੀਆਂ ਧੀਆਂ ਰੱਬ ਵਰਗੀਆਂ ਆ ਸਾਡੀ ਧੀ ਨੇ ਅੱਜ ਥੋੜੀ ਸੱਟ ਖਾ ਲਈ ਇਹ ਅੱਜ ਸਾਡੀ ਧੀ ਖੇਡਣ ਗਈ ਸੀਗੀ ਡੱਗ ਪਈ ਲਮਕਦੀ ਸੀ ਤੂੰ ਕਿੱਥੇ ਲਮਕਦੀ ਸੀਗੀ ਖੇਡਦੀ ਸੀ ਜਦੋਂ ਸਕੂਲ ਦੇ ਵਿੱਚ ਜਿਹੜਾ ਲਮਕਣ ਵਾਲਾ ਬਣਿਆ ਹੋਇਆ ਉਹ ਉਹਦੇ ਤੇ ਤੂੰ ਕਿਵੇਂ ਲਟਕ ਰਹੀ ਸੀ ਏਦਾਂ ਏਦਾਂ ਅੱਛਾ ਅਰਥ ਕੀ ਗੱਲ ਹੋਈ ਸੀਗੀ ਫਿਰ ਸੱਚ ਚੁੱਪ ਕਰ ਜਾ ਚੁੱਪ ਚੁੱਪ ਅਰਥ ਤੂੰ ਸੱਚ ਦੱਸਣੀ ਹੈ ਗੱਲ ਬਈ ਜੀ ਸਤਨਾਮ ਨਾ ਪਹਿਲੀ ਕਲਾਸ ਚ ਸੀ ਮੇਰੇ ਨਾਲ ਮੈਨੂੰ ਕਿਹਾ ਕਿਤਾਬਾਂ ਚੱਕ ਲੈ ਥੱਲੇ ਖਿਲਰੀਆਂ ਪਈਆਂ ਸੀ ਇਹ ਝੂਲੇ ਲੈ ਜਾਂਦੇ ਸੀ ਇੱਥੇ ਉੱਥੇ ਮੁੰਡਾ ਸੀ ਡਿੱਗ ਗਈ ਸੀ ਨਹੀਂ ਡਿੱਗੀ ਕਿਵੇਂ ਉਹਨੇ ਧੱਕਾ ਦੇਤਾ ਸੀ ਕਿਨੇ ਉਹ ਜਿਹੜਾ ਮੁੰਡਾ ਸੀ ਕੌਣ ਸੀ ਮੁੰਡਾ ਨਾਮ ਨਹੀਂ ਪਤਾ ਤੇ ਹਜਾਬ ਦਾ ਨਾਮ ਲਈ ਜਾਂਦੇ ਐ ਮੈਂ ਝੂਠ ਮਾਰਦੇ ਫਿਰ ਨਹੀਂ ਬਾਈ ਜੀ ਹਜਾਬ ਤਾਂ ਮੇਰੇ ਨਾਲ ਸੀ ਹਜਾਬ ਤੇਰੇ ਨਾਲ ਸੀ ਐ ਸੱਚ ਬੋਲੀ ਜਾਂਦਾ ਦੇਖਿਆ ਸੱਚ ਬੋਲੀ ਜਾਂਦਾ ਸੱਚ
अखां देखियां तो बिना किसी का इल्जाम नहीं लाउणा किसी ते। अच्छा कहते भी अखी देखे तो बिना भी जो आप बिना सुनी तो गल किसी तो आप कहता उन्हें भी उन्हें तेन ऐ क्या आप लड़ पीए जाके भी तेन तू ऐ क्या मेरे बारे कदे नहीं। कन्ना आप सुननिया वा ता यकीन करना अखा ना देखना वा ता यकीन करना दे देना आ ले ला। बस ए साडी पारो आ तू अज चीका मरी जानी चिमलिए तू चीका दाड़ी छद दाड़ी छद दे दाड़ी छद दे कोई ना मां तू बह जा कोई ना मां कोई ना कोई ना मां डूके जे लभदा था जो तुसी घरे जे ले जाओगे उन्हें घरे आ जाना आपे ही तुहाडे कोले आऊगा क्यों नहीं आऊगा होर उन्हें कित्थे जाना हां आऊगा क्यों नहीं जाया हो तुसी भैने घर कर ठीक है ते अनप्रीत दा कोई फोन आया नहीं मान लो उदन जो आया थी पाल ना गल हुई थी जाके ना पहुंच गया ओके किथे थी ओ मोदे चप्पल पा दे मनो चलो वाहेगुरु मेहर करनेगे भैन वाहेगुरु सच्चे पातशाह कृपा करनेगे कोई ना भेने कल चले जायो फिर ठीक है मिल के जायो मेन ठीक है ए सजीत कौर भेन ने साडे अनप्रीत ते जस्सा दोने भरा जिन्हां ने देखिया सी तुसी वीडियो दे विच किवें कोठी दी पूरी दी बिल्डिंग दी कल्ली कल्ली अट देरती सी दरवाजे बारियां गल्लां सारियां ला के बेचती ते हुण कोई ना पुत ढिक लिया कहिंदा घर ढिक ढिक की सवार हुंदा ढिकण ढिक गिटियां गुमा कौन तुसी गुमाने आपे उठन दे कर आपे उठन दे कर पुत आपे उठन दे कोई ना नमा दांगे आपा जे मिट्टी नहीं लिबड़ जूगी अपनी भी मिट्टी आए डग डग के सवार हुंदे हुंदे आ बा मुंह च ना पावे मिट्टी कोई चीज बाकी ठीक है सहबाज मिट्टी नहीं खानी होए कोई ना छड़ मिट्टी नहीं खानी। अच्छा तू मिट्टी खाना हुना नहीं खानी मिट्टी ठीक है रेल गड्डी नहीं आई उ तू ग्राउंड के कोल दी कह जी हुंदी रेल गड्डी तेरे वर्गी ट्रक वर्गी रेल गड्डी सी। अच्छा दो टायर सी ट्रक नहीं ओदे नहीं भाई जी दो टायर सी पर ना और भाई जी गुरु हां जी अच्छा जेडे ट्रक दे पिछे लगे हुंदे बाडी जी बनी हुंदे पिछे ओवे किथे देखी सी तू तू क्या सर जी बाई जी साहब जो तो की बनना बड़ी होके तू सिंह नहीं बनना आरती ने की बनना साइंटिस्ट बनना पारो ने की बनना डॉक्टर बनना मीति ने डॉक्टर बनोगी मुझे पारो डॉक्टर साड़ी आरती साइंटिस्ट बनोगी आ साड़ी सिंगनी बनोगी सिंगनी सिंगनी लेकिन मिट्टी उत्ते ना पा दी उदे
फड़ा लिया वाले पुत्र हां विशाक्षी कि चुन्नी कितने तेरी पढ़ के आये हो ग्रामर की क्लास लगी सी अज की सिखिया नाउन ते प्रनाउंस नाउन ते प्रनाउंस मान लो रिविजन कर रहे सिख रहे हो की कर रहे हो नाउन्स किनू कहंदे ते प्रनाउंस किनू कहंदे आ दसो नाउन इज द नेम ऑफ पर्सन प्लेस और थिंग प्रोनाउन बाय जी प्रोनाउन हुने कीता अच्छा हजे गिल्ला बा अच्छा प्रनाउन हजे हुने कीता गिल्ला हजे है कोई चीज बनाई है हो भी गिल्ली पई है भी हुन पिंगी हो जुगी हुने ताजी बनाई सिख्या हुन या नहीं सिख्या बा प्रनाउंस ते नाउंस इन्हां दे विच लाइव ते अलाइव कौन हुंदा मरे हुए ते जिंदा ते केड़ी चीज वरती जांदी निर्जीव वस्तु ते जीव वस्तु कोई है चलो नाउन ते प्रनाउन प्रेजेंट ते पास्ट लई किथे वरते जांदा प्रनाउन या नाउन मैं तो आप तो डर गई हां एक्टिव पैसिव होने एक्टिव पैसिव एक्टिव पैसिव वर्ब दी फर्मा होनी डिग्रियां होनी वर्ब दी फर्मा की होनी दसो सिखो मैं तो आप थोड़े डर गए भेनो सिखो मैं चाहना भी आ चीजा मेरे पल्ले नहीं सी पईयां मेनू बहुत सिखाउंदा सी साडा मास्टर बड़े डंडे खादे अंग्रेजी आले मास्टर तो पर मैं जदों पढ़ाउण लग गया उदों ऐ गल्लां मारी जाणी छेड़ी जाणी चुंडी बढ़ती किते ओहदे हसले मजाक कर लिया ते जदों डंडे खाण दी वारी आउणी उदों डंडे खा लैणे पर पुत हुण मैं मिस करदा हुण जदों मैं स्पैलिंग किसे तों पुछ के लिखदा कई वारी मेनू पता नहीं लगदा कुछ फिर मेनू फील हुंदा हुण मैं पढ़ लैणा इंग्लिश इंग्लिश दी बुक है ना देखो जिवें इंग्लिश लिखी हुई है ना इत्थे लिखिया मिस्टर शर्मा इज ए बिजनेसमैन है ना मतलब इन्नी कदा मैं समझ आउंदी है मेनू इज द एम्परर बिलकमैंड एंड डक द डॉग इज ब्रेकिंग एट द सर्वेंट मैडम माई आंट वांट टू सी यू ना ए सारी चीजां समझ पढ़ तां लैंदा पर बहुत सारी चीजां नहीं समझ नहीं आउंदी जिथे वाज जिस ही दिस हाउ वाओ हैव ए सारियां किथे लग रहीआं चीजां ए नहीं मैनूं पता लगदा इन्हां दे की मीनिंग निकलदे ए चीजां मैं भुल जांदा क्योंकि उस टाइम करिआ नहीं रट्टा ला लैंदे सीगे ते रट्टे दे विच सुणा देणा बज जाणा डंडिआं तों पेपरां च वी रट्टा ला के चले जाणा जे मतलब दिल तो नहीं पढ़े तो तुसी दिल तो पढ़ो मैं ताही कोशिश करदा वी तुसी पुत किते कमी ना रह जाओ मेरी बेबे आ गई आ मम्मी नूं पुछ मेरीआं किन्नीआं मतलब पढ़ाई दे विच कमी सीगी मैनूं शिकायतां मिलदीआं हुंदे मम्मी नूं पढ़न पिछे कुटदे हुंदे सी पर मम्मी सानूं बहुत ते थोड़े हजे तिकर पई नहीं कदे इस करके कुट खाणी वी बहुत लाजमी आ सेहत लई तकड़ी पहला कहते कहते जिन्ना बच्चिया नू घूरांगे उन्ने ज्यादा सियाने बनते पर हुण मेरिया तुसी धीआं वा भी जाने कि जिहड़ी मैं तां ही तुहानू ज्यादा कहना हुंदा भी मेरे च जिहड़ी कमी रह गई मैं नहीं चाहुंदा मेरे बच्चिया च ओह कमी होवे ठीक आ तुसी पूरा मन तो जोर ला के तुहाडे कोल टीचर देखो किन्ने टीचर तुहाडे कोले ਕਿੰਨੇ ਟੀਚਰ ਆ ਤੁਹਾਡੇ ਕੋਲੇ ਦੇਖੋ ਇੱਕ ਤਾਂ ਆਨਲਾਈਨ ਬੰਬੇ ਤੋਂ ਟੀਚਰ ਤੁਹਾਨੂੰ ਕਲਾਸ ਦਿੰਦੇ ਨੇ ਪ੍ਰਿੰਕਾ ਦੀਦੀ ਫਿਰ ਆਪਣੇ ਧਰੂਵ ਵੀਰਾ ਫਿਰ ਇੱਕ ਸਰ ਹੋ ਗਏ ਈਸ਼ੂ ਦੀਦੀ ਦੇ ਡੈਡੀ ਹੈਨਾ ਅਰਵਿੰਦ ਸਰ ਵੀ ਹੋ ਗਏ ਫਿਰ ਕਮਲਜੀਤ ਭੈਣ ਜੀ ਮਨਪ੍ਰੀਤ ਦੀਦੀ ਕਿੰਨੇ ਟੀਚਰ ਨੇ ਨਾ 6 ਟੀਚਰ ਨੇ ਤੁਹਾਡੇ ਵਾਸਤੇ ਪੁੱਤ ਫਿਰ ਸਕੂਲ ਚ ਲੱਗ ਤੋਂ ਨੇ ਤੁਹਾਡੇ ਹੈਨਾ ਪਰ ਤੁਸੀਂ ਹੁਣ ਜੇ ਕਮੀ ਰਹਿ ਗਈ ਕੋਈ ਤਾਂ ਫਿਰ इस तो बद माड़ी गल कोई नहीं संदीप
इस तो वध माड़ी गल कोई नहीं होगी होर ठीक है। मेरी धीआं ने दिमाग ला के पढ़ना पूरा दिल तो पढ़ना ठीक है। परमजीत नूं भी नाल लाया करो, वो नवी आई है ना, कोई ना होजू ठीक बुखार जिम्मे नवी आई है, थोड़ा नवे बच्चे नूं आके थोड़ा टाइम लगता हुंदा, उन्हें बेचारी ने काफी दुख देखे ना, पढ़ाई च ला के रखो उन्हूं नाल ठीक है प्रोमिस। पर ध्रुव बीरे तो हुण तुसीं सिखना कुछ, ध्रुव बीरे नूं भी बिजी करना, वह कला तुहाडे लई नहीं उहदे लई भी जरूरी है ठीक है। प्रोमिस किया जे आपां ते तुसीं उहनूं बार बार मिलना, हुण भी तुसीं फ्री हो, हुण भी 10-20 मिनट ध्रुव बीरे नूं बुला के इत्थे बिठा लो, उहदे नाल लाओ 10-15 मिनट ठीक है। बुलाओ बीरे नूं, ध्रुव तेरे स्टूडेंट आ गए ने, आ जाओ इत्थे, इत्थे 10 मिनट लाए हुए इन्होंने, अज नाउन प्रोनाउंस किए ने, नाउन ते प्रोनाउंस आयो माड़ा जिहा अगे आ जाओ। अच्छा बैग भारा, बैग रखा कोई ना, बैग रख, कल सुनो एक मिनट पहले ध्रुव की गल, ध्रुव इन्होंने अज प्रोनाउंस ता पता नहीं लगे, नाउंस कर रहे तुसीं है ना, प्रोनाउन नहीं किते है ना, हुण जिवें कल नूं तुहानूं मैडम प्रोनाउंस कराऊगी है ना, तुसीं वीरे तों पहले ही सिख जाओ, कल नूं जदों तुसीं मैडम नूं जाके सुणाओगे मैडम भी हैरान रह जाऊगी भी बच्चियां नूं पहले ही आउंदे आ, मतलब इस तरह पढ़ी दा हुंदा। असीं इदां ही कर रहे, मैं हिंदी दे विचों बहुत तेज सीगा, मैं मैथ दे विचों भी, हिस्टरी दे विच मैनूं हिस्टरी दा बहुत शौक सीगा, ज्योग्राफी दा मैनूं बहुत शौक सीगा, बस उदों पंजाबी च हुंदा सी सारा कुछ ही ना, इंग्लिश तों मैं मार खांदा सी कल्ली, बाकी चीजां तां मैं यानी कि एडवांस च हुंदा सी मूहरे, जे मैडम ने मतलब सर ने कोई काम दस्या अज तां कल दा भी मैं करके जांदा हुंदा सी, बस इंग्लिश नहीं समझ सके, इंग्लिश पल्ले नहीं पई। पर हुण ध्रुव वीरे इन्हां नूं हुण तुसीं ना नाउन प्रोनाउंस करा दोगे अज, चलो बैठो ध्रुव सर दे कोले बैठ जाओ, चलो बैग रख के आ जाओ, कल्ली इंग्लिश की कॉपी एक लै आओ, पेन ते एक ग्रामर की बुक लै आओ अपनी, किवें रणजीत गल रणजीत ठीक है वीरे, बापू सत श्री अकाल, बापू बैदवान जी सत श्री अकाल, बहुत वधिया, गर्मी ना भज के आने हो ना, ए तुहाडी उम्र वध रही है, रोज गेड़ा लाउणा जरूरी है, बहुत वधिया कर रहे हो तुसीं, कित्थे तक जाए उन्हें बापू ओ सड़क तक, बहुत वधिया बहुत वधिया, बस नांगा नहीं पैण देना, हौली हौली कुछ करो, सवेरे भी लाओ एक गेड़ा, हां तू भी, आपां तां जाने हुन्ने ग्राउंड है ना, ग्राउंड जाने नवी बिल्डिंग जाना, चलो नवी बिल्डिंग जाना, बब्बू मान मिलना, जब बब्बू मान आउंदा ही नहीं गा, अगे भी उन्हें एक लारा ला के हट गया, आपां नूं कहिंदा सी मैं आऊंगा, फिर आया ही नहीं यार भाई, तू बब्बू मान दा कोई गाना सुना, शरीर पूरा कुछ पलां दिया देख खुशियां, कैसा मैनू ठगे आए, बालड़ी वरे से मां प्यो छड़ गए कल्ला, आई जवानी नेड़े रह गया पल्ला, इश्के दे वेड़े किन्ने तक मां तक आए, दुखड़े देने लई जिंदगी नू, बस मेरा ही कार लब्बे आए, कुछ इक पलां दिया देखे खुशियां, कैसा मैनू ठगे छुट्टे यार, बेली मेरे छोटी की पढ़ाई, मेरे ना तेरे पिछे लागे असा इज्जत गवाई, मैं कल इसके कल्ला पुत सरदारा दा नी तू जिम लगता पूरा। अच्छा ये बब्बू मान दा गाना लगता नहीं यार मैनू, बब्बू मान दा ही रणजीत ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਈ ਸੀ ਇਹਦੀ ਦਾਦੀ, ਇੱਥੇ ਸੰਗਲ ਨਾਲ ਬੰਨ ਪਿਛਲਾ ਜਨਮ ਮੇਰਾ ਆਏ ਹੋ ਗਿਆ, ਤੇ ਹੁਣ ਉਹੀ ਰਣਜੀਤ ਅੱਜ ਜਦੋਂ ਮੈਂ ਦੇਖਦਾ ਇਹਨੂੰ ਵੀਰ ਨੂੰ ਸਾਡੇ ਨੂੰ, ਤੇ ਮਤਲਬ ਮਨ ਇੰਨਾ ਕੁ ਅਤਿਅੰਤ ਖੁਸ਼ ਹੁੰਦਾ, ਅਤਿਅੰਤ ਵੀ ਇੰਨਾ ਜ਼ਿਆਦਾ ਵੱਡਾ ਫਰਕ ਪਿਆ ਬਾਈ ਦੇ, ਯਾਨੀ ਕਿ ਏਡੀ ਬਾਬਾ ਜੀ ਦੀ ਮਿਹਰ ਆ, ਏਦਾਂ ਗਿੱਟਿਆਂ ਨੂੰ ਸੰਗਲ ਲੱਗਿਆ ਸੀ, ਮਤਲਬ ਅੱਜ ਉਹੀ ਵੀਰ ਸਾਡਾ ਆਪ
अपने पैरां ते होया फिरदा साडे नाल सेवा कराउंदा भज दौड़ करदा पूरी वधिया कोई ऐ नहीं भी माड़ी मोटी सेवा पूरी सेवा कराउंदा वीर पूरी दरबार साहिब भेज कर पहलियां विच कर लो ना उकरी दे उत्ते डीएमसी कर डीएमसी करना के ट्रंप ते ना 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 ट्रेलियम च ट्रेलियम च सही रहोगे ना ट्रेलियम च मां रेंजर साइकिल ते मां रेंजर साइकिल ते जाया करूगा मेरा वीरा किट पा के करके ड्यूटी शाम नूं ਇੱਦਾਂ ਦੇ ਵੀਰ ਆ ਜਿਹੜੇ ਸਾਡੇ ਨਾ ਠੀਕ ਹੋ ਚੁੱਕੇ ਆ ਉਹਨਾਂ ਦੇ ਨਾਲ ਗੱਲਾਂ ਕਰਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲਦਿਆਂ ਦੇਖ ਕੇ ਮਨ ਨੂੰ ਇੰਨੀ ਕੁ ਤਸੱਲੀ ਹੁੰਦੀ ਆ ਆ ਦੇਖੋ ਇੱਦਾਂ ਦਾਦੀ ਵਿਚਾਰੀ ਸੰਗਲ ਬੰਨ ਕੇ ਲੈ ਕੇ ਆਈ ਸੀ ਰਣਜੀਤ ਉਹ ਰਣਜੀਤ ਸਿੰਗਲ ਮਾਂ ਦਾਦੀ ਮਾਂ ਵਿਚਾਰੀ ਬੰਨ ਕੇ ਲੈ ਕੇ ਆਈ ਸੀ ਮਾਂ ਵੀ ਹੈ ਨੀ ਪਿਓ ਵੀ ਹੈ ਨੀ ਬਜ਼ੁਰਗ ਦਾਦੀ ਹੋਈ ਸੀ ਕੱਲੀ ਤੇ ਅੱਜ ਜਦੋਂ ਵੀਰੇ ਨੂੰ ਮਿਲਦੇ ਆ ਰਣਜੀਤ ਨੂੰ ਕਿਆ ਬਾਤ ਆ ਕਿਉਂ ਰਣਜੀਤ ਬਾਈ ਠੀਕ ਹੈ ਨਾ ਬਾਈ ਹੁਣ ਸੈੱਟ ਆ ਕੰਮ ਜੱਫੀ ਪਾ ਫਿਰ ਜੱਫੀ ਪਾ ਘੁੱਟ ਕੇ ਨਹੀਂ ਲੰਗਰ ਲੰਗਰ ਛਕਾਉਣ ਲੱਗਿਆ ਚੱਲ ਛਕਾ ਫਿਰ ਆ ਗਿਆ ਹੈ ਕੀ ਨਵੀਂ ਬਿਲਡਿੰਗ ਚੁੱਲੀ ਚਲੋ ਨਵੀਂ ਬਿਲਡਿੰਗ ਚੱਲਦੇ ਇਹ ਜਵਾਕ ਕੱਲ ਉਰੇ ਆਇਓ ਭੈਣੇ ਆਪਣੇ ਗੱਲ ਤਾਂ ਸੁਣ ਲਾ ਭੈਣੇ ਉਹ ਗੱਲ ਤਾਂ ਸੁਣ ਲਾ ਕੁਲਵਿੰਦਰ ਭੈਣੇ ਕਿਹੜਾ ਕੁਲਵਿੰਦਰੇ ਗੱਲ ਤਾਂ ਸੁਣ ਲਾ ਭੈਣ ਇਹ ਭੈਣ ਨੂੰ ਕੱਲ ਛੱਡ ਕੇ ਗਏ ਆ ਜੀ ਵੀਰੇ ਹੁਣੇ ਕੋਈ ਨਾ ਭੈਣੇ ਕੋਈ ਨਾ ਰਹਿਣ ਦੇ ਇਹਨੂੰ ਭੈਣ ਨੂੰ ਲੈ ਕੇ ਆਏ ਸੀ ਹੁਸ਼ਿਆਰਪੁਰ ਤੋਂ ਹਨਾ ਸਤਿ ਸ੍ਰੀ ਅਕਾਲ ਜੀ ਗੁਰਜੀਤ ਵੀਰੇ ਠੀਕ ਆ ਗੁਰਜੀਤ ਮੁੰਡਾ ਕਿਹੜੇ ਤੇਰਾ ਜਸ਼ਨ ਜਸ਼ਨ ਆਪ ਉਤਰੇ ਕਿਵੇਂ ਪੁੱਤ ਜਸ਼ਨ ਹੁਣ ਸਾਡਾ ਪੜ੍ਹਾਈ ਚ ਵੀ ਬਹੁਤ ਹੁਸ਼ਿਆਰ ਆ ਜੀ ਮੈਂ ਨਾ ਟੀਚਰਾਂ ਕੋਲੇ ਗਿਆ ਮੈਨੂੰ ਟੀਚਰਾਂ ਨੇ ਸਪੈਸ਼ਲੀ ਜਸ਼ਨ ਮੈਨੂੰ ਕਿਹਾ ਕਹਿੰਦੇ ਜਸ਼ਨ ਸਾਰਿਆਂ ਤੋਂ ਹੁਸ਼ਿਆਰ ਬੱਚਾ ਕਹਿੰਦੇ ਪੰਜਵੀਂ ਚ ਸਾਨੂੰ ਉਮੀਦ ਆ ਵੀ ਸਭ ਤੋਂ ਵੱਧ ਨੰਬਰ ਲਊਗਾ ਠੀਕ ਹੈ ਐਂ ਪੜ੍ਹਨਾ ਪੁੱਤ ਅੱਛਾ ਪੂਰੇ ਮਨ ਨਾਲ ਠੀਕ ਹੈ ਪੁੱਤ ਬੋਰਡ ਦੀ ਆ ਪੰਜਵੀਂ ਕਲਾਸ ਤੇਰੀ ਮਸਾਂ ਐਡਮਿਸ਼ਨ ਕਰਾਈ ਹੈ ਤੇਰੀ ਬੋਰਡ ਦੇ ਵਿੱਚ ਐਡਮਿਸ਼ਨ ਹੁੰਦੀ ਤੈਨੂੰ ਪਤਾ ਨਾ ਸਾਰਿਆਂ ਨੇ ਦੱਸਿਆ ਸੀ ਨਾ ਇੱਥੇ ਐਡਮਿਸ਼ਨ ਨਹੀਂ ਹੋਈ ਤੇਰੀ ਪਟਿਆਲੇ ਐਡਮਿਸ਼ਨ ਕਰਾਈ ਆ ਉੱਥੇ ਪੇਪਰ ਦੇਣ ਜਾਣਾ ਪੜ੍ਹਾਈ ਇੱਥੇ ਹੋਣੀ ਹੈ ਪੇਪਰ ਉੱਥੇ ਦੇਣ ਜਾਣਾ ਕਿਉਂਕਿ ਜਦੋਂ ਤੂੰ ਆਇਆ ਸੀ ਸਾਡੇ ਕੋਲੇ ਉਦੋਂ ਪਹਿਲਾਂ ਹੀ ਮਈ ਦੇ ਵਿੱਚ ਹੀ ਜਿਹੜੀਆਂ ਪੰਜਵੀਂ ਦੀਆਂ ਫੀਸਾਂ ਭਰੀਆਂ ਗਈਆਂ ਸੀਗੀਆਂ ਉਦੋਂ ਬਾਅਦ ਬੰਦ ਹੋ ਜਾਂਦੀਆਂ ਫੀਸਾਂ ਬਹੁਤ ਸਿਫਾਰਿਸ਼ ਲਵਾ ਕੇ ਮੈਂ ਬਾਈ ਉਹਨਾਂ ਨੇ ਮਦਦ ਕੀਤੀ ਆ ਧੰਨਵਾਦ ਉਹਨਾਂ ਬਾਈਆਂ ਦਾ ਜਿਨ੍ਹਾਂ ਨੇ ਮਦਦ ਕੀਤੀ ਆ ਵੀ ਤੇਰੀ ਐਡਮਿਸ਼ਨ ਹੋ ਗਈ ਨਹੀਂ ਤੇ ਤੇਰਾ ਇੱਕ ਸਾਲ ਖਰਾਬ ਹੋਣਾ ਸੀ ਪੁੱਤ ਨਹੀਂ ਤੈਨੂੰ ਚੌਥੀ 'ਚ ਰੱਖਦੇ ਸੀ ਉਹ ਕਿਉਂਕਿ ਪੰਜਵੀਂ ਦੀ ਪ੍ਰੋਬਲਮ ਸੀ ਨਾ ਤੇਰੀ ਹੁਣ ਤੈਨੂੰ ਪੰਜਵੀਂ 'ਚ ਰੱਖ ਲਿਆ ਉਹਨਾਂ ਨੇ ਠੀਕ ਆ ਹੁਣ ਤੇਰੇ ਮੁੰਡੇ ਦਾ ਪੰਜਵੀਂ ਦਾ ਬੋਰਡ ਦਾ ਪੇਪਰ ਆ ਥੋੜਾ ਜਿਹਾ ਕੋਈ ਗੱਲ ਨਹੀਂ ਉੱਥੇ ਵੀ ਜਾ ਕੇ ਪੈਣਾ ਇੱਥੇ ਵੀ ਪੈਣਾ ਮੈਂ ਸੇਵਾ 'ਚ ਮਨ ਲਾ ਦੇ ਗੁਰਜੀਤ ਤੇਰੀ ਜ਼ਿੰਦਗੀ ਨੂੰ ਬਾਬਾ ਜੀ ਨੇ ਦੁਬਾਰਾ ਮੌਕਾ ਦਿੱਤਾ ਇਹਦੇ ਵਾਸਤੇ ਹੁਣ ਇਹਦੇ ਮੈਂ ਤਾਂ ਹੀ ਕਹਿੰਦਾ ਹੁਣ ਇਹਦੇ ਵਾਸਤੇ ਸਪੈਸ਼ਲ ਇਹਦੇ ਲਈ ਕੱਲੇ ਲਈ ਆਪਦੇ ਆਪ ਨੂੰ ਜਿਉਂਦਾ ਤੂੰ ਆਪਦੇ ਲਈ ਜਿਉਂ ਲਿਆ ਨਾ ਜਿਵੇਂ ਤੂੰ ਕਿਹਾ ਇਹਨੇ ਉਵੇਂ ਕੀਤਾ ਨਾ ਤੂੰ ਸਕੂਲੋਂ ਹਟਾ ਲਿਆ ਇਹ ਹਟ ਗਿਆ ਤੂੰ ਘਰੇ ਤੂੰ ਹੀ ਹਟਾਇਆ ਸੀ ਘਰੇ ਬਿਠਾਇਆ ਤੂੰ ਠੀਕ ਨੀ ਸੀਗਾ ਤੇਰੇ ਘਰ ਦੇ ਵਿੱਚ ਹਾਲਾਤ ਦੇ ਕੀ ਸੀਗੇ ਕਿੰਨਾ ਗੰਦ ਕੂੜਾ ਭਰਿਆ ਹੋਇਆ ਕੀ ਹਾਲ ਸੀ ਨਾ ਤੂੰ ਇਹਨੂੰ ਬਾਹਰ ਜਾਣ ਦਿੰਦਾ ਸੀ ਨਾ ਬਾਹਰ ਜਾਣ ਕਦੇ ਨੀ ਰੋਕਿਆ ਜੀ ਨਹੀਂ ਪੁੱਤ ਨਾ ਐ ਨਾ ਕਹਿ ਗਰਜੀਤ ਹੁਣ ਤੈਨੂੰ ਮੌਕਾ ਇੱਕ ਦੁਬਾਰਾ ਇਹਦੇ ਵਾਸਤੇ ਆਪਦੇ ਪੁੱਤ ਵਾਸਤੇ ਤੁਸੀਂ ਦੇ ਦੇ ਛੁੱਟੀ ਹੋ ਦੇਊਂਗਾ ਮੈਂ ਗਰਜੀਤ ਹਜੇ ਨੀ ਦੇਖ ਕਿੰਨੇ ਟਾਈਮ ਬਾਅਦ ਵੇਲੋ ਕਿੰਨੇ ਆਉਂਦੇ ਨੇ ਜੀ ਮੈਂ ਸਿੱਖ ਹੋਣ ਕਰਕੇ ਦੇਖ ਲਓ ਇੱਥੇ ਫਸਿਆ ਵਾ ਹਾਂ ਨਹੀਂ ਨਹੀਂ ਸਿੱਖ ਹੋਣ ਕਰਕੇ ਜਾਂ ਹਿੰਦੂ ਹੋਣ ਕਰਕੇ ਤੇ ਹਿੰਦੂ ਸਿੱਖ ਦਾ ਕੋਈ ਮਸਲਾ ਨਹੀਂ ਇੱਥੇ ਦਾ ਭਰਾ ਨੇ ਹਿੰਦੂਆਂ ਨੂੰ ਦੇਖ ਲਓ ਕਿੰਨੀ ਛੁੱਟੀ ਦੇਈ ਜਾਂਦੇ ਉਹ ਹਿੰਦੂਆਂ ਨੂੰ ਛੁੱਟੀ ਦੇ ਰਿਹਾ ਭਰਾਵਾ ਉਹ ਜਾਣ ਵਾਲੇ ਸੀ ਬੰਦੇ ਉਹ ਪਰਦੇਸੀ ਸੀ ਉਹਨੂੰ ਲੈ ਕੇ ਗਿਆ ਹੁਣ ਜਸ਼ਨ ਤੂੰ ਪਹਿਲਾਂ ਦੱਸ ਮੈਨੂੰ ਪੁੱਤ ਜਦੋਂ ਤੁਸੀਂ ਘਰੇ ਰਹਿੰਦੇ ਸੀਗੇ ਪਾਪਾ ਜੀ ਨੂੰ ਪ੍ਰੋਬਲਮ ਸੀਗੀ ਨਾ ਹੁਣ ਠੀਕ ਆ ਨਾ ਪਾਪਾ ਇੱਥੇ
ਹੁਣ ਦਵਾਈ ਖਾ ਕੇ ਠੀਕ ਹੋ ਗਏ ਨਾ ਪਾਪਾ? ਪਾਪਾ ਦੇ ਆਖੇ ਪਾਪਾ ਨੂੰ ਸਮਝਾਇਆ ਕਰਕੇ, ਪਾਪਾ ਆਪਾਂ ਆਹ ਸਾਲ ਕੱਢ ਕੇ ਪੜ੍ਹਾਈ ਦਾ, ਫਿਰ ਆਪਾਂ ਅਗਲੇ ਸਾਲ ਚਾਹ ਕੇ ਪਿੰਡ ਲੱਗ ਜਾਣਾ ਵਾ। ਦੇਖ ਗੁਰਜੀਤ ਤੇਰੇ ਘਰ ਦੇ ਵਿਚ ਕੀ ਹਾਲਤ ਸੀਗੇ, ਘਰ ਦੇ ਵਿਚ ਤੇਰੇ ਕੀ ਹਾਲਤ ਸੀਗੀ, ਬੂਟੇ ਬਾਟੇ ਭਰਿਆ ਪਿਆ, ਇੰਨੇ ਮਹਿੰਗੇ ਮਹਿੰਗੇ ਬੂਟੇ ਲਾ ਲਾ ਰੱਖੇ ਪਿਆ, ਲਿਆ ਲਿਆ ਘਰੇ ਪਰ ਕੁਦਰਤ ਨਾਲ ਤਾਂ ਪਿਆਰ ਆ, ਪਰ ਕੁਦਰਤ ਨੂੰ ਤੂੰ ਬਾਹਰ ਨੀ ਜਾਣ ਦਿੰਦਾ ਸੀ ਨਾ। ਕੁਦਰਤ ਆ ਵੀ ਤੇਰਾ ਪੁੱਤ ਸੀ, ਅੱਜ ਇਹ ਅੱਠਵੀਂ ਛੋਣਾ, ਅੱਜ ਅੱਠਵੀਂ ਛੋਣਾ ਦੇ ਦਿੰਦੇ, ਇਹ ਅੱਠਵੀਂ ਛੋਣਾ ਸੀ ਅੱਜ, ਜੇ ਮਤਲਬ ਤੂੰ ਪੜ੍ਹਦਾ ਨਾ ਹਟਾਉਂਦਾ। ਕੋਈ ਨਾ, ਤੂੰ ਕੀ ਕਹਿਣਾ ਚਾਹੁੰਦੀ, ਕਹਿ ਕੀ ਗਿਆ ਜਸ਼ਨ ਤਾਂ ਜੋ ਤੂੰ ਕਮਾ ਸਿਖਾ ਕੇ ਲੈ ਕੇ ਆਇਆ, ਕੁਛ ਵੀ ਨੀ ਕਹਿਣਾ ਉਹਨੇ, ਤਾਂ ਕਹਿੰਦਾ ਇੱਥੇ ਰਹਿਣਾ ਵਾ, ਬਾਈ ਕੋਲੇ ਰਹਿਣਾ ਨਾ। ਬਸ ਮੈਂ ਚਲੇ ਜਾਣਾ, ਲੈ ਯਾਰ ਗੁਰਜੀਤ ਪੁੱਤ ਨੂੰ ਛੱਡ ਕੇ ਚਲੇ ਜਾਏਗਾ, ਭੰਗੜਾ ਪਾ ਗਿਆ ਪੂਰਾ, ਕੋਈ ਚੱਕ ਵਾਲੀ ਗੱਲ ਨੀ। ਗੁਰਜੀਤ ਜਦੋਂ ਆਪਾਂ ਭੈਣੀ ਸਾਹਿਬ ਜਾਂਦੇ ਆ, ਅੱਡੇ ਤੋਂ ਮੁੜਦੇ ਆ ਉਧਰ ਨੂੰ ਗਾਂ, ਮੰਨ ਲਓ ਆ ਜਾਂਦੇ ਦੁਕਾਨਾਂ ਜੀ ਆ ਜਾਂਦੀ, ਉੱਥੇ ਕਿੱਥੇ ਘਰ ਸੋਨੂ ਆ ਸਾਡਾ ਜੀ? ਸੋਨੂ ਦਾ ਦੇਖੋ ਅੱਧਾ ਸਿਰ ਹੈ ਨੀ ਗਾ ਹਨਾ, ਆ ਦੇਖੋ ਆ ਚੀਜ਼। ਤੇ ਜਦੋਂ ਇਹ ਸਾਨੂੰ ਮਿਲਿਆ ਸੀ ਨਾ ਸੋਨੂ, ਇਹਦੇ ਇੱਥੇ ਵੀ ਸਾਰੇ ਸਟੈਪਲਰ ਲੱਗੇ ਹੋਏ ਸੀ, ਆ ਜਗ੍ਹਾ ਤੇ ਵੀ ਸਾਰੇ ਸਟੈਪਲਰ ਨਾ, ਜਿਵੇਂ ਮੰਨ ਲਓ ਕਾਪੀ ਨੀ ਸਟੈਪਲਰ ਕੀਤੀ ਹੁੰਦੀ, ਜਾਂ ਬੁੱਕ ਪੰਚ ਕਰਦੇ ਹੁੰਦੇ ਜਿਵੇਂ, ਉਵੇਂ ਲੋਹੇ ਦੇ ਸਟੈਪਲਰ ਲੱਗੇ ਹੋਏ ਸੀ ਇਹਦੇ ਸਾਰੇ। ਇੱਥੋਂ ਪਸ ਹੀ ਚੋਂਦੀ ਸੀ ਇਹਦੇ, ਆ ਸਾਰੀ ਪਸ ਚੋ ਕੇ ਇੱਥੇ ਤੇ ਕਰਿਆ ਸਾਰੇ, ਬਹੁਤ ਬੁਰੀ ਹਾਲਤ ਸੀਗੀ। ਤੇ ਇਹਨੂੰ ਵੀਰੇ ਨੂੰ ਸਾਡੇ ਕੋਲ ਲੈ ਕੇ ਆਏ ਸੀ ਇੱਥੋਂ ਲੁਧਿਆਣੇ ਤੋਂ, ਘੰਟਾ ਘਰ ਏਰੀਏ ਦੇ ਚੱਕ ਹਨਾ। ਸੁਨੂੰ ਬਾਈ ਸਹੀ ਹੈ ਨਾ, ਇਹਦੀ ਵਿਚਾਰੀ ਦੀ ਕੋਈ ਯਾਦਾਸ਼ ਚਲੇ ਗਈ, ਇਹਨੂੰ ਪਤਾ ਨੀ ਲੱਗਦਾ ਨਾਮ ਨੂੰ, ਅਡਰੈਸ ਵਗੈਰਾ, ਘਰਦਿਆਂ ਦੇ ਨਾਮ, ਮਾਂ ਪਿਓ ਦੇ ਨਾਮ, ਪਰਿਵਾਰ ਦੇ ਨਾਮ ਸਾਰੇ ਭੁੱਲ ਗਿਆ ਹੈ। ਤੇ ਹੁਣ ਇਹ ਕਹਿੰਦਾ ਮੈਂ ਜਾਣਾ ਵਾ, ਮਤਲਬ ਇਹਨੂੰ ਇਹ ਪਤਾ ਨੀ ਵੀ ਜਾਣਾ ਕਿੱਥੇ ਆ, ਮਤਲਬ ਹੁਣ ਸੜਕ ਤੇ ਦੁਬਾਰਾ, ਹੁਣ ਇਹਦੀ ਇੱਕ ਆ ਪੂਰੀ ਸਿਰ ਦਾ ਇੱਕ ਪਾਸਾ ਹੈ ਹੀ ਨਹੀਂ ਆ ਸਾਰਾ ਵਿੱਚੋਂ ਨਾ, ਮੰਨ ਲਓ ਡਾਕਟਰਾਂ ਨੇ ਹੱਡੀ ਬਣਾ ਕੇ ਪਾਈ ਸੀ, ਫਿਰ ਇੱਥੇ ਆਏ ਦੇ ਵੀ ਦੋ ਇੱਕ ਆਪਰੇਟ ਹੋਇਆ, ਦੋ ਵਾਰੀ ਸਫਾਈ ਕਰਾਈ ਵਿੱਚੋਂ, ਤੇ ਵਾਹਿਗੁਰੂ ਮਿਹਰ ਕਰੇ ਹੁਣ ਇਹਦੀ ਯਾਦਾਸ਼ਤ ਸਾਰੀ ਵਾਪਸ ਆ ਜਾਵੇ, ਇਹਨੂੰ ਆਪਣੇ ਮਾਂ ਬਾਪ ਦਾ, ਭੈਣ ਭਰਾਵਾਂ ਦਾ ਸਾਰਾ ਯਾਦ ਆ ਜਾਵੇ ਸਿਸਟਮ, ਤੇ ਅਰਦਾਸ ਕਰਿਓ ਸਾਡੇ ਸੋਨੂ ਲਈ। ਸੋਨੂ ਪ੍ਰਸ਼ਾਦਾ ਵਰਤਾ ਰਿਹਾ, ਲੰਗਰ ਵਰਤਾ ਰਿਹਾ, ਹਾਂ ਵਰਤਾ ਲਓ ਲੰਗਰ, ਕਰਦੇ ਆਪਾਂ, ਹਾਂ ਛੁੱਟ ਦੇਂਗੇ, ਭੇਜ ਦੇਂਗੇ, ਭੇਜ ਦੇਂਗੇ, ਅਰੇ ਜਲਦੀ ਜਲਦੀ ਭੇਜ ਦੇਂਗੇ। ਉਹ ਬਾਈ ਕੀ ਹਾਲ ਨੇ ਮੇਰੇ ਬਾਈ ਦੇ, ਛੋਟੇ ਭਾਈ ਰੋਟੀ ਨੀ ਖਾਧੀ ਜਾਂਦੀ, ਹੁਣ ਮਸ਼ੀਨ ਤਾਂ ਆਈ ਪਈ, ਡਾਕਟਰ ਮੰਗਾਓ ਦੰਦ ਵਾਲਾ ਜੀ। ਛੋਟੇ ਭਾਈ ਕਿਵੇਂ ਆ, ਮੂੰਹ ਖੁੱਲੀ ਦੰਦ, ਛੋਟੇ ਭਾਈ ਦੰਦ ਬਣਵਾ ਦਈਏ ਨਵੇਂ ਹੀ, ਕਿਵੇਂ ਮਰਜ਼ੀ ਕਰ ਲਓ ਜੀ। ਛੋਟੇ ਭਾਈ ਦੰਦ ਬਣਵਾ ਨੇ, ਕਾਕੇ ਬਾਈ ਮਾਰੋ ਬਾਜ, ਡਾਕਟਰ ਕਾਕੇ ਨੂੰ ਬਾਜ ਮਾਰੋ ਬਈ, ਡਾਕਟਰ ਕਾਕੇ ਨੂੰ ਗੱਲ ਕਰਕੇ ਹੁਣੇ ਹੀ ਅੱਜ ਹੀ ਬਾਈ ਦੰਦਾਂ ਦਾ ਆਰਡਰ ਕਰ ਦਿੰਨੇ ਆ ਅੱਜ ਹੀ। ਮਸ਼ੀਨ ਕਿੰਨਾ ਜਲਦੀ ਆਈ ਪਈ ਆ, ਲੈ ਕਮਾਲ ਹੋ ਗਿਆ, ਦੰਦਾਂ ਦਾ ਡਾਕਟਰ। ਬਾਕੀ ਵੀਰੇ ਬਾਪੂ ਵੀ ਨਾ ਦੰਦ ਚੈਂਚਰ ਲਾਉਣਾ, ਦੰਦ ਕਰਾ ਦਿੰਦਾ ਮੈਂ ਪਾਲ ਨਾਲ ਗੱਲ ਕਰਕੇ, ਚੈੱਕ ਕਰਾ ਕੇ ਨਾ ਦੰਦਾਂ ਦੇ ਡਾਕਟਰ ਨੂੰ, ਆਪਣੇ ਜਿਹੜੇ ਡੈਂਟਿਸਟ ਆਉਂਦੇ ਨੇ, ਡਾਕਟਰ ਕੀ ਨਾਮ ਉਹਨਾਂ ਦਾ, ਚੈੱਕ ਕਰਾ ਦੋ, ਦੰਦ ਕਰਾ ਦਿੰਦੇ ਚੈੱਕ ਬਾਪੂ।
हां तेरे भी सारे ने करा देने घरे का ढक्कन लाया सारा टब्बर ते आया घरे नु हाथ लाया सारे टब्बर ते आया है बापू नहीं जी बाई बाई ओए ओ बापू आ तू तो बाई आ चलो कोई गुरु की नगरी को महाराज पता जी बाई सानू ठीक है महाराज उठे अगीठा साहब अठीवी पातशाह दा किथे डोली भाई थोड़े पिंड हां जी वाह आ तेरा स्वरूप लगा इथे आ लेख पढ़ के वेख आया महाराज डोली भाई तो लोपो चले जी को डग पैन जो कुछ नहीं हुंदा आ वेखो जी मैं अखबार दा शकीन बहुत है आ पढ़ के वेखो डोली भाई तेरा फोन नु आए महाराज थोड़े इथे अपने स्वरूप लगा ही है ਭਾਈ ਜਵੰਦੇ ਨੂੰ ਦਿੱਤੀ ਜੁੱਤੀ ਹਾਂ ਗੁਰੂ ਸਰ ਸੁਧਾਰ ਡਰੋਲੀ ਭਾਈ ਆਏ ਜੀ ਆ ਵੀ ਸਾਡਾ ਪਿੰਡ ਡਰੋਲੀ ਭਾਈ ਆ ਜੋੜਾ ਜੀ ਉੱਥੇ ਦੇਖ ਕੇ ਗਏ ਸੀਗੇ ਆਪਣੇ ਲੱਗਾ ਸਰੂਪ ਜਿੱਥੇ ਰੋਟੀ ਹਾਂਜੀ 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 ਉੱਥੇ ਜੋੜਾ ਜੀ ਦਾ ਸਰੂਪ ਲੱਗਿਆ ਘੋੜੇ ਵੀ ਸਾਡੇ ਪਿੰਡ ਆਏ ਜੀ ਅੱਛਾ ਗੁਰੂ ਸਾਹਿਬ ਦੇ ਜੀ ਛੇਵੇਂ ਪਾਤਸ਼ਾਹ ਜੀ ਦੇ ਹਾਂਜੀ ਵਾਹ ਵੀ ਭਾਗਾਂ ਵਾਲਾ ਉਹ ਹੁੰਦੀ ਆ ਧਰਤੀ ਜਿੱਥੇ ਗੁਰਾਂ ਦੇ ਦਰਸ਼ਨ ਚਰਨ ਪਏ ਹੋਏ ਨੇ ਹਨਾ ਬਾਪੂ ਬਾਈ ਬਹੁਤ ਚਿਰ ਰਹੇ ਜੀ हां भाई ठीक है भाई छोटे भाई भाई जी इथे ना कुछ आख नहीं करदा डोली भाई दा इतिहास बहुत बड़ा अच्छा भाई ते फिर साईंदास आए इन्हां दे साडू हां जी जी पाहे दलवाई 500 कमा पैली खरीद के दरिया लंघिया सी हां जी फिर उन्हां ने कारी साहब पाया ते फिर जी इथे महाराज आए जन्म स्थान है बाबे दुप्पे दा जी इन्हां दे लड़के दा छेवें पातशाह महाराज जी दे हां महाराज जी बहुत चिर रहे जी इथे ठीक है भाई छोटे भाई फिर मतलब तुसी तो उत्ते गुरु घर दे दर्शन अक्सर ही करदे होंगे ना जांदे रहंदे होंगे तुसी गुरु घर क्यों जाने जी हां इस स्थान ते गुरु साहिब सौन 13 समत 1988 नु पिंड डरौली भाई तो लोप हो गई थी सेना समेत सद्दों दे लोपो अते सिद्धवां राही हुंदे होए पिंड दीजू ਢਾਬ ਤੇ ਪਹੁੰਚੇ ਪੁੱਜੇ ਸੀ ਨੀਲਾ ਬਾਈ ਯਾਦ ਕੀਤਾ ਸੀ ਇਹਨਾਂ ਨੇ ਜੀ ਹਾਂ ਛੋਟੇ ਭਾਈ ਤੈਨੂੰ ਬਹੁਤ ਸ਼ੌਂਕ ਆ ਤੂੰ ਅਖਬਾਰ ਸੰਭਿਆ ਹੋਇਆ ਤਾਂ ਹੀ ਹਾਂਜੀ ਹਾਂਜੀ ਅੱਜ ਕੋਈ ਗੁਰਾਂ ਦੀ ਬਾਰ ਸੁਣਾ ਦੇ ਫਿਰ ਕੋਈ ਛੋਟੀ ਮੋਟੀ ਮੈਂ ਸੁਣ ਲਓ ਪੂਰਨ ਸੁਣ ਲਓ ਭਗਤ ਪੂਰਨ ਸੁਣਾ ਪੂਰਨ ਯਾ ਕਰ ਚੱਲੀਆਂ ਸਰਦਾਰੀ ਨਰਿੰਦਰ ਬੀਬਾ ਦਾ ਸੁਣੋ ਚਲੋ ਫਿਰ ਸੁਣਾ ਨਰਿੰਦਰ ਬੀਬਾ ਹਾਂ ਅਸੀਂ ਜੀ ਇੱਥੇ ਆਉਂਦੇ ਰਹੇ ਆ ਕਮਲਜੀਤ ਆਪਣਾ ਟੁੱਡੀ ਤੇ ਆਪਣਾ ਇੰਦਰਜੀਤ ਹਸਨਪੁਰੀ ਹੈਂ ਤੇ ਮਹਾਰਾਜ ਜੀ ਅਕਲ ਤੇ ਸ਼ਕਲ ਕਿਸੇ ਦੀ ਮਾਂ ਦੀ ਦਿਮਾਗ ਕਿਸੇ ਮਾਂ ਨੂੰ ਆਲਾਮਾਂ ਸ਼ਾਮ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਆਲਾਮਾਂ ਸ਼ਾਮ ਕੁੰਜੀਆਂ ਵੀਰਾ ਵੇ ਮਰੱਬੇ ਵਾਲਿਆ ਤੈਨੂੰ ਭਾਗ ਪਰਮੇਸ਼ਰ ਲਾਵੇ ਵੀਰਾ ਵੇ ਮਰੱਬੇ ਵਾਲਿਆ ਤੈਨੂੰ ਭਾਗ ਪਰਮੇਸ਼ਰ ਲਾਵੇ ਪੱਗ ਤੇਰੀ ਰੱਖੀ ਥੰਮ ਕੇ ਇਹਨੂੰ ਧਾਗ ਨਾ ਪੁਰਾ ਲੱਗ ਜਾਵੇ ਆਲਾ ਮੈਂ ਥਾਮ ਕੁੰਜੀਆਂ ਮੁਕਾਬਲਾ ਹੀ ਅਸਲਪੁਰੀ ਨਾਲ ਸਾਡਾ ਜੀ ਠੀਕ ਆ ਜੀ ਬੰਦਾ ਬਹੁਤ ਲੱਠਾ ਸੀ ਬੰਦਾ ਬਹੁਤ ਪੜਿਆ ਲਿਖਿਆ ਸੀਗਾ ਜੀ ਭਾਈ ਇੰਨੀਆਂ ਫਿਲਮਾਂ ਬਣਾਈਆਂ ਉਹਨੇ ਹਾਂਜੀ ਹਾਂਜੀ ਮਿੱਤਰ ਨੂੰ ਵੀ ਲਾਂਚ ਕੀਤਾ ਉਹਨੇ ਮੇਹਰ ਮਿੱਤਰ ਨੂੰ ਲਾਂਚ ਕੀਤਾ ਬ੍ਰਿੰਦਰ ਨੂੰ ਵੀ ਉਹਨੇ ਲਿਆਂਦਾ ਫਿਲਮਾਂ ਚ ਹਾਂਜੀ ਲੈ ਬਾਬੇ ਸੁਣਾ ਹੁਣ ਤੂੰ ਤੰਦ ਰੁੱਤ ਨੂੰ ਸਾਰ ਕੀ ਦੁੱਖੜੇ ਦੀ ਦੁੱਖ ਪੁੱਛੀਏ ਕਿਸੇ ਬਿਮਾਰ ਕੋਲ ਨਾਲ ਦੁੱਖਾਂ ਦੇ ਪਾਟ ਗਿਆ ਜੇਕਰ ਜਿਹਦਾ ਜਾ ਕੇ ਪੁੱਛ ਸਰਹੰਦ ਦਵਾਰ ਕੋਲੋਂ ਜਾਨਾਂ ਬਾਰੀਆਂ ਕੌਮੀ ਪਰਵਾਨੇ ਨੇ ਸਿੰਘ ਡਰੇ ਇੰਜਣ ਦੇ ਭਾਰ ਕੋਲੋਂ ਖੱਤਰ ਦੇਸ਼ ਦੀ ਵਾਰ ਸਰਬੰਸ ਸਿੱਧਾ ਸਹੀ ਮਿਲ ਮਾਛੀਵਾੜੇ ਪਹੁੰਚ ਗਏ ਪੁੱਤਰਾਂ ਦੇ ਦਾਨੇ ਹੱਥਾਂ ਉੱਤੇ ਬਾਜਨਾ ਨਾ ਲੀਲਾ ਘੋੜਾ ਨੰਗੇ ਪੈਰੀ ਤੁਰ ਗਿਆ ਘੋੜਾ ਨਾ ਜੋੜਾ ਮੁਖੜੇ ਉੱਤੇ ਵਰਸਦਾ ਸੀ ਨੂਰ ਰੂਹਾਨੀ ਮਾਛੀਵਾੜੇ ਪਹੁੰਚ ਗਏ ਪੁੱਤਰਾਂ ਦੇ ਮਲੇ ਮਲੇ ਵਿੱਚ ਭਾਲ ਦੀ ਸੈਨਾ ਤਰਕਾਨੀ ਮਾਛੀਵਾੜੇ ਪਹੁੰਚ ਗਏ ਪੁੱਤਰਾਂ ਦੇ ਦਾ ਜਾਮਾ ਲੀਰੋ ਲੀ ਰਹਾ ਨਾ ਤੀਰ ਨਿਸ਼ਾਨੀ ਮਾਛੀਵਾੜੇ ਪਹੁੰਚ ਗਏ ਪੁੱਤਰਾਂ ਦੇ ਦਾ ਅਮਰ ਹੋ ਗਿਆ ਖਾਲਸਾ ਵਿੱਚ ਦੋਹੇ ਜਹਾਨੀ ਮਾਛੀਵਾੜੇ ਪਹੁੰਚ ਗਏ ਪੁੱਤਰਾਂ ਦੇ ਦਾ ਜੋਰੇ ਸਿੰਘਾ ਸਤਿਗੁਰੂ ਜਗ ਤਾਰਨ ਆਏ ਦੇਗ ਤੇਗ ਦੇ ਧਨੀ ਸੀ ਗੁਰੂ ਬਰਮ ਗਿਆਨ ਜੋਰੇ ਸਿੰਘਾ ਸਤਿਗੁਰੂ ਝੰਡੇ ਹਰਲਾਏ
ਦੇਗ ਤੇਗ ਦੇ ਧਨੀ ਸੀ ਗੁਰੂ ਬਰਮ ਗਿਆਨੀ ਮਾਛੀਵਾੜੇ ਪਹੁੰਚ ਗਏ ਪੁੱਤਰਾਂ ਦੇ ਦਾਨੀ ਮਾਛੀਵਾੜੇ ਵਾਹਿਗੁਰੂ ਜੀ ਕਾ ਖਾਲਸਾ ਟਿੰਡ ਦਾ ਸਰਾਣਾ ਲਾਇਆ ਜੀ ਫਿਰ ਹਾਂ 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 ਟਿੰਡ ਦਾ ਲਾਇਆ ਟਿੰਡ ਦਾ ਲਾਇਆ ਜੀ ਟਿੰਡ ਦਾ ਵਾਹ ਬਾਈ ਵਾਹ ਬਹੁਤ ਵਧੀਆ ਬਾਈ ਛੋਟੇ ਭਾਈ ਅੱਜ ਤੂੰ ਕਮਾਲ ਕਰਤੀ ਆ ਮਾਏ ਲੈ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰ ਬਿਲਕੁਲ ਨਵੀਂ ਬਿਲਡਿੰਗ ਹਾਂ ਬਈ ਸਤਿ ਸ੍ਰੀ ਅਕਾਲ ਰਾਜੂ ਕਿਵੇਂ ਪੁੱਤ ਠੀਕ ਹੈ ਰਾਜੂ ਇਹ ਰਾਜੂ ਹੈ ਜੀ ਸਾਡਾ ਰਾਜਕੁਮਾਰ ਇਹਨੂੰ ਹੋਟਲ ਕੀਜ ਦੇ ਕੋਲੋਂ ਲੈ ਕੇ ਆਏ ਸੀ ਬਾਈ ਬਹੁਤ ਬੁਰੀ ਹਾਲਤ ਚਟਾਵਾਂ ਵੱਡੇ ਵੱਡੇ ਨੰਗਾ ਹੀ ਗੰਦਾ ਪਾਣੀ ਚੱਕ ਕੇ ਪੀਂਦਾ ਸੀ ਹਜੇ ਵੀ ਪੂਰਾ ਠੀਕ ਨਹੀਂ ਹੋਇਆ ਬਾਅਦ ਚ ਪਤਾ ਲੱਗਿਆ ਵੀ ਇਹਦੇ ਮੰਮੀ ਪਾਪਾ ਇਸ ਦੁਨੀਆਂ ਤੋਂ ਜਾ ਚੁੱਕੇ ਉਦੋਂ ਬਾਅਦ ਇਕੱਲਾ ਰਹਿ ਗਿਆ ਡਿਪਰੈਸ਼ਨ ਰਾਜੂ ਚਲਾ ਗੇੜਾ ਦੇ ਕੇ ਉੱਠ ਖੜਾ ਚਲਾ ਮੇਰੇ ਨਾਲ ਆ ਜਾ ਉੱਠ ਕੇ ਗੇੜਾ ਦੇ ਕੇ ਓਏ ਆ ਜਾ ਉੱਠ ਖੜਾ ਬਾਬਾ ਜੀ ਸਤਿ ਸ੍ਰੀ ਅਕਾਲ ਐਸ ਪੀ ਬਾਬਾ ਜੀ ਬਾਬਾ ਨਹੀਂ ਨਹੀਂ ਐਸ ਪੀ ਬਾਬਾ ਮੇਰਾ ਭਰਾ ਵਾ ਮੇਰਾ ਭਰਾ ਹਾਂਜੀ ਆ ਜਾ ਤੁਰੇ ਜਾ ਚੱਪਲਾਂ ਕਿੱਥੇ ਤੇਰੀਆਂ ਚੱਪਲਾਂ ਸਰਦੂਲਗੜ੍ਹ ਵਾਲੇ ਯਾਦ ਕਰਦੇ ਤੈਨੂੰ ਪੁੱਛਦੇ ਰਹਿੰਦੇ ਸਰਦੂਲਗੜ੍ਹ ਵਾਲੇ ਗਊ ਉੱਥੇ ਨਾ ਗਊ ਸੇਵਾ ਕਰਦੇ ਨਾ ਪੁੱਛਦੇ ਕਹਿੰਦੇ ਬਾਦਲ ਕਿਵੇਂ ਮੈਂ ਕਿਹਾ ਬਾਦਲ ਠੀਕ ਆ ਜਮਾਂ ਹਾਂਜੀ ਧੱਕਾ ਮਾਰਿਆ ਤੇਰੇ ਕੋਈ ਨਾ ਪੁੱਤ ਸ਼ਿਕਾਇਤ ਨੀ ਲਾਉਣੀ ਆਉਂਦੇ ਸਾਰੀ ਸ਼ਿਕਾਇਤ ਲਾ ਦਿੱਤਾ ਯਾਰ ਭੇਜਾਂਗੇ ਤੈਨੂੰ ਪੱਟੀ ਹੁਣ ਹਟ ਜਾਣੀ ਤੇਰੇ ਭੇਜ ਦੇਣਾ ਫਰੀਦਕੋਟੀਆ ਨਹੀਂ ਨਹੀਂ ਹਜੇ ਰੁਕ ਜਾ ਜੇ ਖੋਲੀ ਨਾ ਇੱਧਰ ਧਰੁਵ ਪੜਾਈ ਜਾਂਦਾ ਜੀ ਬੱਚੀਆਂ ਨੂੰ ਕਲਾਸ ਲਾਤੀ ਧਰੁਵ ਨੇ ਸਾਡੇ ਵੀਰੇ ਨੇ ਗ੍ਰੈਮਰ ਸਿਖਾ ਰਿਹਾ ਵਾ ਨਾਉਨ ਪ੍ਰੋਨਾਉਂਸ ਹਾਂ ਪੁੱਤ ਤੁਰੇ ਚੱਲੋ ਤੁਰੇ ਚੱਲੋ ਹੁਣ ਬੀਬੀਆਂ ਇੱਧਰ ਪ੍ਰਸ਼ਾਦਾ ਛਕ ਰਹੀਆਂ ਜਗਿੰਦਰ ਕੌਰ ਬੇਬੇ ਨੇ ਹੁਣ ਤਿੰਨ ਚਾਰ ਗਲਾਸ ਚਾਹ ਦੇ ਪੀਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਨਤੀ ਹੈ ਬੀਬੀਆਂ ਨੂੰ ਸੈੱਟ ਢੱਕ ਲਿਆ ਕਰੋ ਭਾਈ ਪ੍ਰਸ਼ਾਦਾ ਢੱਕ ਛਕਣ ਲੱਗੇ ਸੈੱਟ ਢੱਕ ਲਿਆ ਕਰੋ ਬਬੀਤਾ ਸੈੱਟ ਢੱਕ ਲਿਆ ਕਰੋ ਭਾਈ ਲਾਲੋ ਹਾਂ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਮਾਂ ਸਤਿ ਸ੍ਰੀ ਅਕਾਲ ਮਾਂ ਹਾਂ ਮਾਂ ਕਿਹਾ ਮੈਂ ਆਊਗਾ ਕੱਲ ਨੂੰ ਛੁੱਟੀਆਂ ਆ ਗਈਆਂ ਨਾ ਵਿੱਚ ਅੱਜ ਵੀ ਛੁੱਟੀ ਸੀਗੀ ਹਾਂ ਹੁਣ ਸੋਮਵਾਰ ਨੂੰ ਆਊਗਾ ਹਾਂ ਲੱਭੋ ਹਾਂ ਮੇਲੇ ਨੇ ਜਾਣਾ ਹੀ ਜਾਣਾ ਲੱਭੋ ਸਾਡੀ ਮੇਲੇ ਤੇ ਜਾਊਗੀ ਜਾਊਗੀ ਆਜੋ 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 ਰੁਕਮਣੀ ਆਜਾ ਆਜਾ ਮੇਰੀ ਸੁੱਖਾਂ ਦੀ ਮਨੀ ਹਾਂ ਆ ਕੀ ਆ ਕੀ ਹਿਨਾ ਸਤਿ ਸ੍ਰੀ ਅਕਾਲ ਹਿਨਾ ਭੈਣੇ ਠੀਕ ਆ ਜਿਉਂਦੀ ਬਾਬੀ ਦਾ ਹਿਨਾ ਭੈਣ ਕੀ ਹੋ ਗਿਆ ਤੈਨੂੰ ਭਾਈ ਕੁਲਵਿੰਦਰ ਕਿਹਨੂੰ ਗਾਲਾਂ ਕੱਢੀ ਜਾਂਦੀ ਆ ਕੁਲਵਿੰਦਰ ਕੁੜੇ ਕੁਲਵਿੰਦਰ ਜਗਦੀਪ ਗੁਰੇ ਸਤਿ ਸ੍ਰੀ ਅਕਾਲ ਮਾਲੇ ਵਾਲੀ ਮੇਰੀ ਭੈਣ ਸ਼ਿਫਾਲੀ ਕਿਵੇਂ ਆ ਭੈਣੇ ਨੰਘ ਜਾ ਇੱਥੋਂ ਦੀ ਬੈਚਰੀ ਨੰਘੋ ਭਾਈ ਨੰਘ ਜਾ ਪਾਰੋ ਐਨ ਹੋਏ ਸਿਮਰ ਸਾਈਡ ਤੇ ਹੋਇਆ ਪੁੱਤ ਮਾਤਾ ਹਰਜੀਤ ਕੁਰੇ ਸਤਿ ਸ੍ਰੀ ਅਕਾਲ ਬੈਠਾ ਸਿਮਰ ਮਾਤਾ ਨੂੰ ਮਿਲਣਾ ਪੁੱਤ ਹਰਜੀਤ ਮਾਤਾ ਜੀ ਸਤਿ ਸ੍ਰੀ ਅਕਾਲ ਗੁਰਮੀਤ ਹਾਂ ਗੁਰਮੀਤ ਮਾਤਾ ਤਕੜੀ ਆ ਮਾਤਾ ਜੀ ਗੁਰਮੀਤ ਜੀ ਬਲਾਈਂਡ ਨੇ ਇਹਨਾਂ ਦਾ ਬੇਟਾ ਵੀ ਠੀਕ ਨੀ ਭੋਮਾ ਪਿੰਡ ਤੋਂ ਆਏ ਨੇ ਵਾਹਿਗੁਰੂ ਮਿਹਰ ਕਰਨ ਮਾਤਾ ਜੀ ਦੀ ਅੱਖਾਂ ਦੀ ਲਾਈਟ ਆ ਜਾਵੇ ਇਹਨਾਂ ਦਾ ਵੀ ਟੈਸਟ ਹੋਣਾ ਵਾ ਅੱਖਾਂ ਦਾ ਹਜੇ ਸਤਿ ਸ੍ਰੀ ਅਕਾਲ ਭੈਣੇ ਨਾ ਨਾ ਮੈਂ ਦੱਸੀ ਫਿਰ ਵੀ ਦੱਸੀ ਦੇਣੀ ਆ ਸਰਵ ਕਹਿਣ ਲੱਗ ਗਿਆ ਤੇ ਡੀਆਂ ਡਿਸਾ ਕਰਦਾ ਸੀ
राह भी बंद ही करना सी इथों दी जी असीं पौड़ियां चढ़ातियां वा जी हुण ऐतवार नू परसों नू सत श्री अकाल भैणां किवें जसपाल ठीक ना जसपाल में छक लिया परसों नू जी ऐतवार दे दिन नू इथों दी बीबियां उधर जाणगियां एक इतिहासक कदम लैणगियां साडियां बीबियां भैणां इथों दी आ रैंप उधरले पासे पौड़ी आ बनाती इधर पर साइड फिर हो जाए वो सामने पौड़ी बनाती है जी उतो पौड़ी चढ़ के उधर जाएंगे यार रैंप बनाते इतों की व्हील चेयर वगैरह जाऊगी ते ऐतवार नू परसों नू आ काका कितने आ की आ एक की आ ते आज जेडे मंजे नाल मंजा जुड़िया पिया यानी कि अज कल तो हालात इदां दे बने हुए आ क्योंकि पिछले एक महीने च करीब 8-9 फीमेल मैंबर नवे आ गए ने मजबूरन लैके आना पिया लै जोगिंदर कौर बेबे दा पंड चक्के बेबे कहिंदी बलदी बड़िया एक सुखनी ने आके ते मैनू चक्कण आ गई बेबे सत श्री अकाल कुलवंत भैणे बेबे दा कढ़दी जागो आ भैणे चुन्नी चक्कर थल्लो गिरी चुन्नी आ पैरां च कुलवंत मिला दिने हमें सुखनी बिल्डिंग नवी अपनी सुपनिया दे घर दी ओदा लेंटर पैना जी सुपनिया दे घर दी नवी बिल्डिंग दा ते रेते दी बहुत शॉर्टेज आ रेता बहुत ज्यादा लोड आ रेता नहीं पहुंच रहा साडे कोले ते हुण भी दो टिप्पर एदा ही कह कहा के मैं तल्ला करके मंगाए आ रेता मिल नहीं रहा जी पिछयों ਜਾਂ ਤਾਂ ਕੋਈ ਏਦਾਂ ਦੀ ਸਰਕਾਰ ਇਧਰ ਵਾਰੀ ਸਾਡੀ ਕੋਈ ਮਦਦ ਕਰ ਦੇਵੇ ਵੀ ਅਸੀਂ 10-20 ਟਰਾਲੀਆਂ ਭਰ ਲਿਆਈਏ ਜਾ ਕੇ ਟਰਾਲੀਆਂ ਕਹਿੰਦੇ ਫ੍ਰੀ ਭਰਦੇ ਆ ਪਰ ਕਹਿੰਦੇ ਹੁਣ ਟਰਾਲੀਆਂ ਵੀ ਨਹੀਂ ਭਰ ਰਹੇ ਗੇ ਕਿਤੋਂ ਵੀ ਮਿਲ ਨਹੀਂ ਰਹੀਆਂ ਚਲੋ ਬਾਬਾ ਜੀ ਮਿਹਰ ਕਰਨ ਹਾਂ ਐਤਵਾਰ ਨੂੰ ਇਹਨੇ ਮਾੜਾ ਹੀ ਧੱਕਾ ਪਾੜਨ ਨੂੰ ਕਰਦਿਆਂ ਲੋਟ ਇਹਨੂੰ ਕਰਦਿਆਂ ਲੋਟ ਇਹਨੂੰ ਹਮਾ ਸੁਖਮਣੀ ਪਾਰੋ ਕਿੱਥੇ ਲੱਗ ਪਈ ਸੁਖਮਣੀ ਆਪਣੀ ਆ ਕੀ ਆ ਆ ਕੀ ਆ ਉਹ ਕੀ ਆ ਵਿਨੋਦ ਵੀਰਾ ਕਿੱਥੇ ਆ ਕਿੱਥੇ ਆ ਵਿਨੋਦ ਕਿੱਥੇ ਆ ਬਾਪੂ ਹੁਣੀ ਜੋੜੇ ਬਣਾਈ ਜਾਂਦੇ ਆ ਨਾ ਸਤਿ ਸ੍ਰੀ ਅਕਾਲ ਬਾਪੂ ਮਹਿੰਦਰ ਬਾਬੇ ਜਿਉਂਦਾ ਵਸਦਾ ਰਹਿ ਦੇਖੋ ਬਾਪੂ ਜੀ ਦੀ ਡਿਊਟੀ ਲਾਈ ਬਾਪੂ ਜੀ ਦੀ ਬੇਟੀ ਆ ਸਿਮਰਨ ਹਨਾ ਤੇ ਬਾਪੂ ਨੂੰ ਲੈ ਕੇ ਆਇਆ ਸੀ ਹਾਂ ਆ ਕੀ ਆ ਇਹ ਬਾਪੂ ਹੁਣੀ ਆਪਣੇ ਇਧਰ ਬਾਪੂ ਜੀ ਹੁਣੀ ਬੈਠੇ ਨੇ ਵੀਲ ਚੇਅਰਾਂ ਵਾਲੇ ਸਾਰੇ ਇਸ ਪਾਸੇ ਨੂੰ ਹਨਾ ਗੁਰਦਿੱਤਾ ਬਾਪੂ ਪ੍ਰੀਤ ਬਾਬਾ ਜੀ ਗੁਰਦਿੱਤਾ ਸਾਡਾ ਬਾਪੂ ਮਹਿੰਦਰ ਹਾਂ ਸ਼ੰਕਰ ਬਾਬਾ ਮੰਤਰੀ ਜੀ ਇਧਰ ਬਾਪੂ ਰਾਮ ਸਿੰਘ ਜੀ ਇਧਰ ਉਹ ਬੰਦੇ ਨੇ ਜਿਹੜੇ ਥੱਲੇ ਨਹੀਂ ਬੈਠ ਸਕਦੇ ਜਾਂ ਤਾਂ ਬਲਾਈਂਡ ਨੇ ਜਾਂ ਲੱਤਾਂ ਬਾਹਾਂ ਤੋਂ ਅਪਾਹਜ ਨੇ ਇਧਰਲੇ ਪਾਸੇ ਵੀ ਉਹ ਬੰਦੇ ਨੇ ਜਿਨ੍ਹਾਂ ਦੇ ਥੱਲੇ ਬਹਿਣਾ ਮੁਸ਼ਕਿਲ ਆ ਜਿਨ੍ਹਾਂ ਵਾਸਤੇ ਜਿਨ੍ਹਾਂ ਦੇ ਅੰਗ ਪੈਰ ਨਹੀਂ ਕੰਮ ਕਰਦੇ ਬਾਪੂ ਸਤਿ ਸ੍ਰੀ ਅਕਾਲ ਕੀ ਹਾਲ ਹੈ ਜਗਤਾਰ ਸਲਾਮ ਵਾਲੇਕਮ ਸਲੀਮ ਬਾਬਾ ਸਤਿ ਸ੍ਰੀ ਅਕਾਲ ਕਾਕੇ ਬਾਈ ਸਤਿ ਸ੍ਰੀ ਅਕਾਲ ਬਾਪੂ ਕਿਵੇਂ ਆ ਬਲ ਸਾਊ ਉਪਰੀ ਆਊਗਾ ਲੈਣ ਤੈਨੂੰ ਮਿਲਣ
सरजू बाबे ठीक हां, गरेवाल साहब सत श्री अकाल, सत श्री अकाल बापू की हाल है, सिद्धू साहब ठीक हो, हां बापू किवें, जनैल बापू ठीक आ, सत श्री अकाल वीरे किवें, कोमल किवें, बापू ठीक आ, सरजू बापू सत श्री अकाल ठीक है, बहुत सोहनी बन रही है ना उधर बिल्डिंग, बहुत सोहनी, कोई ना बापू अपने शर्म सिंह जी सत श्री अकाल, इधर अंदर गुरु का लंगर पंगत दे विच सकदी है संगत, सत श्री अकाल जी, सत श्री अकाल जी, ओ किथे अपने सत श्री अकाल भाई, आह प्रदीप इन्हू छड के आई, सुखमणी इन्हू छड के आई, उधर उधर छड के अज साडा राजकुमार भी चमचे वंडी जांदा, मेरा राजकुमार भी सेवा करदा, इधर भी दे दे राजकुमार, उधर दे दे, देता इधर तो ले लिया, है लो पंडित जी, और दे दे बीरे नू राजकुमार, और बीरे नू दे दे, इस सुपनिया के घर विच जिहड़ा इस सुपनिया वर्गा माहौल असीं तुहाडे नाल सांझा कर रहे हां, मन लो यकीन मन्नो भी कि किसी स्वर्ग तो घट नहीं, कि साडा घर किसी स्वर्ग तो घट नहीं हैगा, स्वर्ग दे विच ਕਿੱਦਾਂ ਦੇ ਹਾਲਾਤ ਹੋਣਗੇ ਉਹ ਤਾਂ ਨਹੀਂ ਦੇਖੇ, ਪਰ ਸਾਡੇ ਇਸ ਘਰ ਦੇ ਵਿੱਚ ਹਾਲਾਤ ਆ ਜਿਹੜੇ ਉਹ ਸਵਰਗ ਰੂਪੀ, ਹਾਂ ਪੁੱਤ ਹਾਂ ਲੈ ਲਾਂਗੇ ਲੈ ਲਾਂ, ਹਾਂ ਦੇਖੋ ਬਾਪੂ ਜੀ ਅੱਖਾਂ ਤੋਂ ਬਲਾਈਂਡ ਸੀਗੇ, ਬਾਪੂ ਗਿੰਦਰ ਮੋਹਨ ਜੀ ਹੁਣ ਉਹਨਾਂ ਨੂੰ ਦਿਖਣ ਲੱਗ ਗਿਆ, ਹੁਣ ਬਾਪੂ ਕੁਲਵੀਰ ਸਿੰਘ ਕਾਕਾ ਜੀ ਅੱਖਾਂ ਤੋਂ ਬਲਾਈਂਡ ਨੇ, ਉਹਨਾਂ ਦੀ ਅੱਖਾਂ ਬਣੇ ਖੜੇ ਨੇ, ਇੱਕ ਦਿਨ ਨਹੀਂ ਪਿਛਲੇ 5 ਸਾਲ ਹੋ ਗਏ, 4 ਸਾਲ ਤੋਂ ਉੱਪਰ ਹੀ ਹੋ ਗਏ ਕਰੀਬ, ਬਾਪੂ ਹਰ ਰੋਜ਼ ਸਾਰਾ ਦਿਨ ਉਹ ਬਾਪੂ ਦੀਆਂ ਅੱਖਾਂ ਬਣ ਕੇ ਰਹਿੰਦਾ, ਉਹਨੂੰ ਪ੍ਰਸ਼ਾਦਾ ਛਕਾਉਣ ਮੌਕੇ ਉਹਨੂੰ ਲੈਟਰਿਨ ਬਾਥਰੂਮ ਲੈ ਕੇ ਜਾਣਾ, ਨਹਾਉਣ ਲੈ ਕੇ ਜਾਣਾ, ਜਾਂ ਬਾਹਰ ਅੰਦਰ ਗੁਰੂ ਘਰ ਜਾਣਾ, ਕਿਤੇ ਵੀ ਉਹਨੇ ਬਾਪੂ ਕੁਲਵੀਰ ਦੀਆਂ ਅੱਖਾਂ ਬਣੀਆਂ, ਸਾਰਾ ਦਿਨ ਰਾਤ ਨੂੰ ਸੌਣ ਤੱਕ ਮੰਜਾ ਵੀ ਨਾਲ ਹੀ ਕੋਲ ਹੀ ਲਵਾਇਆ ਹੋਇਆ ਉਹਨੇ ਆਪਣੇ, ਤੇ ਇਧਰਲੇ ਸ਼ੈੱਡ ਚ ਵੀ ਐਵੇਂ ਹੀ ਆ, ਮੰਜੇ ਫੁੱਲ ਹੋ ਜਾਂਦੇ ਆ, ਹੁਣ ਆ ਮੰਜੇ ਇੱਥੇ ਬਾਹਰ ਪਾਰਕ ਦੇ ਵਿੱਚ ਵੀ ਲੱਗ ਜਾਂਦੇ ਨੇ, ਆ ਪਾਰਕ ਵੀ ਭਰ ਜਾਂਦਾ ਮੰਜਿਆਂ ਨਾਲ ਇੱਕ ਪਾਸਾ, ਕਿਚਨ ਵੀ ਹੁਣ ਬਦਲਣਾ ਵਾ, ਹਾਈਜੀਨ ਕਰਨਾ ਵਾ, ਕਿਚਨ ਦੇ ਵਿੱਚ ਬਹੁਤ ਸਾਰੀਆਂ ਕਮੀਆਂ, ਸਫਾਈ ਨਹੀਂ ਰਹਿ ਪਾਉਂਦੀ ਪੂਰੀ ਚੱਜ ਨਾਲ, ਭਾਂਡੇ ਮੰਨ ਲਓ ਸਾਰੇ ਬਦਲਣ ਵਾਲੇ ਨੇ, ਤੇ ਬਹੁਤ ਸਾਰੇ ਭਾਂਡੇ ਇੱਦਾਂ ਦੇ ਨੇ ਜਿਹੜੇ ਨਵੇਂ ਲੈਣ ਵਾਲੇ ਨੇ, ਤੇ ਮੰਨ ਲਓ ਇਹ ਸਾਰੀਆਂ ਜ਼ਰੂਰਤਾਂ ਜਿਹੜੀਆਂ ਹੌਲੀ ਹੌਲੀ ਪੂਰੀਆਂ ਕਰੀ ਜਾਂਦੇ ਆ, ਇਹ ਸੁਪਨਿਆਂ ਦਾ ਹਸਪਤਾਲ ਆ, ਹੁਣ ਡਾਕਟਰ ਸਾਹਿਬ ਤਾਂ ਸਾਨੂੰ ਬਹੁਤ ਚੰਗੇ ਮਿਲ ਗਏ ਆ, ਡਾਕਟਰ ਤੁਸ਼ਾਰ ਅਗਰਵਾਲ MD ਮੈਡੀਸਨ ਨੇ, ਤੇ ਪਰ ਹੁਣ ਇਕਵਿਪਮੈਂਟ ਪੂਰੀ ਮਸ਼ੀਨਰੀ ਮੰਨ ਲਓ, ਡਾਕਟਰ ਸਾਹਿਬ ਅੱਜ ਵੀ ਗੱਲ ਕਰਦੇ ਸੀਗੇ ਜਿਵੇਂ ICU ਬਣਾਉਣਾ ਵੈਂਟੀਲੇਟਰ ਮਸ਼ੀਨਾਂ ਦੀ, ਸਤਿ ਸ੍ਰੀ ਅਕਾਲ ਸਤੀਸ਼ਮਾ ਤਕੜੀਆਂ, ਛੱਕ ਲਓ ਛੱਕ ਲਓ ਖਿਚੜੀ ਛੱਕ ਲਓ, ਸੁਰ ਸਿੰਘ ਵਾਲੀ ਬੇਬੇ ਤਕੜੀਆਂ ਮਝੇਲਣ ਬੇਬੇ, ਸਤਿ ਸ੍ਰੀ ਅਕਾਲ ਨੈਨਾ ਠੀਕ ਆ, ਇਹ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਹੁਣ ਇੱਕ ਪਿੱਛੇ
क्योंकि जगह तो उन्नी की है साडे कोले इधर बाथरूम आले पासे पहला इत्थे फिजियोथेरेपी वार्ड सीगी हुण उह बाहर शिफ्ट करती है ते इन्ना की एरिया असी शीशा ला के इहनू बंद कर लिया। वाहे खालसा वाहे फतेह बापू तकड़ा। ते ए लैब आ लैबोरेटरी है इत्थे साडी ते आहा ICU दा एक छोटा जिहा एरिया जिहड़ा असी तय कीता वा ओह आ जिहड़ा इत्थे 4-5 ICU बैड लगणगे ते जिहदे विच जिहड़े ज्यादा सीरियस पेशेंट आ ਉਹਨਾਂ ਨੂੰ ਐਡਮਿਟ ਕਰਿਆ ਜਾਇਆ ਕਰੂਗਾ। ਹੁਣ ਜਿਵੇਂ ਇਧਰ ਦੇਖੋ ਬਾਪੂ ਜੀ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾ ਰਿਹਾ ਉਹਨਾਂ ਟੇਬਲ ਲਾ ਕੇ ਜਿਹੜੇ ਜਿਹੜੇ ਮੈਂਬਰ ਠੀਕ ਆ ਹੋਰ ਵੀ ਕਿਵੇਂ ਟਾਰਗੇਟ ਠੀਕ ਚੱਲ ਰਿਹਾ ਸਾਰੇ ਮਰੀਜ਼ ਕੋਈ ਸੀਰੀਅਸ ਤਾਂ ਨੀ ਜ਼ਿਆਦਾ ਠੀਕ ਆ। ਅੱਜ ਉਹ ਬਾਪੂ ਢਿੱਲਾ ਹੋ ਗਿਆ ਜੀ ਹਨਾ ਉਹ ਦਾਦੇ ਉਹਦੇ ਕਲਾਊਡ ਸੀਗੇ ਨਾ ਉਹਨਾਂ ਦਿਲ ਦੇ ਵਿੱਚ ਹਾਂ ਹਾਰਟ ਚ ਕਲਾਊਡ ਸੀਗੇ ਉੱਥੇ ਕਿਵੇਂ ਹੁਣ ਹਸਪੀਟਲ ਚ ਦੀਪਕ ਮੈਡੀ ਵੀ ਆ ਨਾ ਤਾਂ ਠੀਕ ਆ ਹੁਣ ਕਿਨੋ ਸਟੇਬਲ ਆ ਚਲੋ ਵਾਹਿਗੁਰੂ ਮਿਹਰ ਕਰਨਾ ਬਾਈ ਕਿਵੇਂ ਠੀਕ ਹੋ ਜਾਂਦੇ ਬਾਤ ਰਹੋ ਹੈਂਜੀ ਕਮਲਜੀਤ ਡੇਂਗੂ ਪੋਜ਼ਿਟਿਵ ਆ ਗਿਆ ਕਮਲਜੀਤ ਕਿਵੇਂ ਆ ਠੀਕ ਆ ਆ ਪਾਣੀ ਨਾ ਡੁੱਲ ਜੇ ਕਮਲਜੀਤ ਬਾਈ ਨੂੰ ਕੱਲ ਪਰਸੋਂ ਲੈ ਕੇ ਆਏ ਤੁਸੀਂ ਦੇਖਿਆ ਸੀ ਮਾਤਾ ਗੁਰਦੇਵ ਕੌਰ ਜੀ ਨੂੰ ਬਾਹਰ ਮਿਲੇ ਅੱਖਾਂ ਤੋਂ ਬਲਾਇੰਡ ਸੀ ਉਹਦੇ ਦੋ ਪੁੱਤ ਸੀ ਦੇਸਰਾਜ ਤੇ ਕਮਲਜੀਤ ਤੇ ਕਮਲਜੀਤ ਹਸਪਤਾਲ ਚ ਐਡਮਿਟ ਹੈ ਇਹਨੂੰ ਬੁਖਾਰ ਸੀਗਾ ਫਿਰ ਅੱਜ ਟੈਸਟ ਹੋਇਆ ਤਾਂ ਡੇਂਗੂ ਪੋਜ਼ਿਟਿਵ ਆਇਆ ਵਾ ਵਾਹਿਗੁਰੂ ਕਿਰਪਾ ਕਰਨ ਤਕੜਾ ਹੋ ਜਾਵੇ ਤੰਦਰੁਸਤ ਹੋ ਜਾਵੇ ਵੀਰ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਠੀਕ ਠਾਕ ਬਾਕੀ ਪੇਸ਼ੈਂਟ ਠੀਕ ਹੈ ਸਰ ਸਾਰੇ ਹਾਂ ਕ੍ਰਿਸ਼ਨ ਲਾਲ ਤਾਂ ਫਿਰ ਦੱਸ ਦੇ ਸਰ ਕਿਸੀ ਬਾਪੂ ਢਿੱਲਾ ਹੋ ਗਿਆ ਜ਼ਿਆਦਾ ਸਟਾਫ ਦੀਆਂ ਯੂਨੀਫਾਰਮ ਨਹੀਂ ਹੈਗੀਆਂ ਸਟਾਫ ਕੋਲ ਯੂਨੀਫਾਰਮ ਹਾਂ ਯੂਨੀਫਾਰਮ ਹੈ ਨੀ ਮੈਂ ਕਿਹਾ ਹੁਣ ਇੱਥੇ ਹਾਂ ਹਸਪੀਟਲ ਦਾ ਵੀ ਇੱਥੇ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਤੇ ਫਿਰ ਹਸਪੀਟਲ ਦੇ ਵਿੱਚ ਜਿਹੜੇ ਪੇਸ਼ੈਂਟ ਆ ਉਹਨਾਂ ਦੇ ਜਿਵੇਂ ਡਾਇਟ ਚਾਰਟ ਲੱਗੇ ਹੋਏ ਨੇ ਹਰੇਕ ਪੇਸ਼ੈਂਟ ਦਾ ਜਿਵੇਂ ਡਾਇਟ ਚਾਰਟ ਬਣਿਆ ਹੁੰਦਾ ਉਹਦੇ ਉੱਤੇ ਡਾਇਟ ਦਾ ਲਿਖਦੇ ਆ ਪੂਰਾ ਹਨਾ ਵੇਰਵਾ ਵੀ ਕਿੰਨੀ ਚੀਜ਼ ਖਾਧੀ ਆ ਕਿੰਨਾ ਕੀ ਖਾਧਾ ਕਿੰਨੀ ਚਾਹ ਪੀਤੀ ਆ ਕਿੰਨਾ ਜੂਸ ਪੀਤਾ ਕਿੰਨਾ ਦੁੱਧ ਪੀਤਾ ਹਰ ਚੀਜ਼ ਨੋਟ ਕੀਤੀ ਜਾਂਦੀ ਆ ਕੋਈ ਨਾ ਉੱਥੇ ਮਾਰ ਲਿਆ ਕਰ ਲਿਆ ਕਰ ਕਰ ਲਿਆ ਕਰ ਲੱਭ ਲੱਗ ਜਾ ਕਰ ਨਾਲ ਲੱਗ ਜਾ ਕਰ ਹਾਂ ਮਾਤਾ ਨੂੰ ਮਿਲ ਲਿਆ ਮੈਂ ਤੇ ਇੱਕ ਹੁਣ ਅਸੀਂ ਬੱਚਿਆਂ ਦਾ ਕੇਅਰ ਟੇਕਰ ਰੱਖਿਆ ਉੱਪਰ ਵੀਰਾ ਬਹੁਤ ਸਿਆਣਾ ਵਾ ਬੰਦਾ ਗੁਰਦਿਆਲ ਸਿੰਘ ਉਹ ਕਹਿੰਦਾ ਮੈਨੂੰ 5-7 ਦਿਨ ਦਾ ਟਾਈਮ ਦਿਓ ਵੀ ਮੈਂ ਸਾਰਾ ਕੁਛ ਹੀ ਅੰਦਰ ਬੱਚਿਆਂ ਦਾ ਡਿਸਿਪਲਿਨ ਪੂਰਾ ਕਰ ਦੂੰਗਾ ਇੱਥੇ ਬੱਚੇ ਰਹਿੰਦੇ ਨੇ ਬੁਆਏਜ਼ ਕੁੜੀਆਂ ਉੱਧਰ ਰਹਿੰਦੀਆਂ ਵਾ ਮੁੰਡੇ ਇੱਧਰ ਰਹਿੰਦੇ ਨੇ ਸਾਰੇ ਤੇ ਮਤਲਬ ਕਿ ਹਰ ਚੀਜ਼ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਹੁਣ ਕਿਚਨ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿਚਨ ਨੂੰ ਅਪਗ੍ਰੇਡ ਕਰੀਏ ਕਿਚਨ ਦੀਆਂ ਜਿਵੇਂ ਜਿਹੜੀਆਂ ਜ਼ਰੂਰਤਾਂ ਵਾ ਉਹ ਪੂਰੀਆਂ ਹੋ ਜਾਣ ਟਰਾਲੀਆਂ ਬਣਾਉਣੀਆਂ ਵਾ ਜਿਵੇਂ ਆਲੂ ਪਿਆਜ ਸਬਜ਼ੀਆਂ ਸੁਬਜ਼ੀਆਂ ਵਾਸਤੇ ਅਲੱਗ ਤੋਂ ਹਨਾ ਫਿਰ ਗੈਸ ਸਿਲੰਡਰ ਰੱਖਣ ਲਈ ਰੈਕ ਚਾਹੀਦੇ ਆ ਹੁਣ ਜਿਵੇਂ ਦੇਖੋ ਆ ਸਿਲੰਡਰ ਏਦਾਂ ਹੀ ਪਏ ਰਹਿੰਦੇ ਆ ਤੇ ਚੀਜ਼ਾਂ ਜਿਵੇਂ ਹੁਣ ਜ਼ਿਆਦਾ ਹਾਈਜੀਨ ਨਹੀਂ ਜਿਵੇਂ ਸਫਾਈ ਤਾਂ ਕੋਸ਼ਿਸ਼ ਰੱਖੀ ਦੀ ਆ ਪਰ ਜਿਵੇਂ ਏਦਾਂ ਹੀ ਪਈਆਂ ਚੀਜ਼ਾਂ ਹਨਾ ਸਾਡੀ ਕੋਸ਼ਿਸ਼ ਆ ਵੀ ਆਹ ਸਾਰਾ ਪਾਸਾ ਚੱਕਿਆ ਜਾਣਾ ਵਾ ਤੇ ਆਹ ਪਾਸਾ ਸਾਰਾ ਏਦਾਂ ਇੱਧਰ ਨੂੰ ਬਣਾ ਦੇਣੀ ਕਿਚਨ ਆਹ ਸਾਰਾ ਪਿੱਛੇ ਨੂੰ ਕਿਚਨ ਬੰਦ ਕਰ ਦੇਣਾ ਉੱਧਰ ਨੂੰ ਤੇ ਭਾਂਡੇ ਧੋਣ ਵਾਲਾ ਜਿਹੜਾ ਸਿਸਟਮ ਆ ਇਹ ਸਾਰਾ ਇੱਧਰਲੇ ਪਾਸੇ ਆ ਜਾਊਗਾ ਇੱਥੇ ਆਹ ਪਾਸੇ ਸਾਰੇ ਤੇ ਅੱਜ ਸਾਡਾ ਹੁਣ ਸਮੇਂ ਦੇ ਨਾਲ ਚੱਲੀ ਜਾਂਦਾ ਦੌਰ ਜਿਵੇਂ ਜਿਵੇਂ ਕੋਸ਼ਿਸ਼ ਕਰੀ ਜਾ ਰਹੇ ਆ
ਇਹ ਪਿਛਲਾ ਗੇਟ ਆ ਜਿਹੜਾ ਇਹਨੂੰ ਥੋੜਾ ਵੱਡਾ ਕਰ ਲਾਂਗੇ ਇੱਥੇ ਤੱਕਰ ਆ ਜਾਊਗਾ ਇਹ ਇੱਥੇ ਤੱਕਰ ਆ ਜਾਊਗਾ ਅੱਗੇ ਵੱਧ ਜਾਊਗਾ ਤੇ ਇਹ ਸਾਰਾ ਕਿਚਨ ਦਾ ਏਰੀਆ ਬਣ ਜਾਊਗਾ ਰਸੋਈ ਦਾ ਤੇ ਨਵੇਂ ਸੁਪਨਿਆਂ ਦੇ ਘਰ ਦੀ ਬਿਲਡਿੰਗ ਆ ਜਿਹੜੀ ਜਿਵੇਂ ਤੁਹਾਨੂੰ ਪਤਾ ਉਹ ਵੀ ਥੱਲੇ ਵਾਲਾ ਪੋਰਸ਼ਨ ਆ ਜਿਹੜਾ ਉਹ ਬੀਬੀਆਂ ਵਾਸਤੇ ਉਹ ਰੈਡੀ ਕਰ ਲਿਆ ਵਾ ਅਸੀਂ ਸੰਡੇ ਨੂੰ ਐਤਵਾਰ ਦੇ ਤਿੰਨ ਬੀਬੀਆਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਆਰਤੀ ਉਹਨਾਂ ਨੂੰ ਸਾਰੀਆਂ ਨੂੰ ਉੱਧਰ ਸ਼ਿਫਟ ਕਰ ਦਾਂਗੇ ਅਸੀਂ ਬਸ ਅਰਦਾਸ ਕਰਿਓ ਇਹ ਸਭ ਕੁਛ ਇਸੇ ਤਰ੍ਹਾਂ ਸੁਪਨਿਆਂ ਦੇ ਘਰ ਚ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਹੁੰਦਾ ਰਹੇ ਸਾਡੇ ਬੱਚੇ ਸਾਡੇ ਪਰਿਵਾਰ ਦੇ ਮੈਂਬਰ ਤੰਦਰੁਸਤੀ ਨਾਲ ਚੜ੍ਹਦੀ ਕਲਾ ਨਾਲ ਜੀਵਨ ਬਤੀਤ ਕਰਨ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।